ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਾਡੇ ਨੂੰ ਪਿਆਰ ਕਰਦੇ ਵੱਡੇ ਛੋਟੇ ਸਾਰੇ, ਆਏ ਕੁੜੀਆਂ ਦੇ ਕਾਲਜ ਦੇ ਵਿੱਚ ਮਿੱਤਰਾ ਕੰਟੀਨੀ ਮੰਡੀਰ ਦੇ ਵੱਜਣ ਲਲਕਾਰੇ। ਉਹ ਕਿਵੇਂ ਕੁੜੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਕੰਟੀਨੀ। ਇਹ ਕੁੜੀਆਂ ਹੈਗੀਆਂ ਨੇ ਜੀ ਮਾਤਾ ਸਾਹਿਬ ਕੌਰ ਗਰਲਸ ਕਾਲਜ ਦੀਆਂ, ਅਤੇ ਅੱਜ ਅਸੀਂ ਹੈਗੇ ਹਾਂ ਜੀ ਸ਼ਹਿਰ ਤਲਵੰਡੀ ਸਾਬੋ ਦੇ ਵਿੱਚ। ਸੋ ਕਰਦੇ ਹਾਂ ਜੀ ਗੱਲਬਾਤ ਸ਼ੁਰੂ, ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ 'ਤੇ ਆ ਕੇ ਦੇਖੋ, ਕਦੇ ਸੋਚਿਆ ਸੀਗਾ ਵੀ ਟੀਵੀ 'ਤੇ ਜਾਵਾਂਗੇ? ਹਾਂਜੀ ਸੋਚਿਆ ਸੀ। ਓ ਕਿੰਨੀ ਖੁਸ਼ੀ ਦੀ ਗੱਲ ਹੈ ਵੀ ਪਹਿਲੀ ਕੁੜੀ ਆਈ, ਨਾਲ ਹੀ ਝੂਠ ਵੀ ਹਾਂ ਹਾਂ ਸੋਚਿਆ ਸੀ। ਨਹੀਂ ਜੀ, ਆਉਂਦੀ ਰਹਿੰਦੇ ਹਾਂ। ਅੱਛਾ, ਅੱਜ ਝੂਠ ਆਉਂਦਾ ਰਹਿੰਦਾ? ਨਹੀਂ ਨਹੀਂ, ਟੀਵੀ 'ਤੇ ਆਉਂਦੇ ਰਹਿੰਦੇ। ਟੀਵੀ 'ਤੇ ਆਉਂਦੇ ਰਹਿੰਦੇ ਹੋ? ਬੱਲੇ ਬੱਲੇ ਲੋ ਯਾਰ, ਮੈਂ ਨਹੀਂ ਕਦੇ ਆਇਆ। ਅੱਛਾ, ਕੀ ਨਾਂ ਹੈ ਤੁਹਾਡਾ? ਜਸਪ੍ਰੀਤ ਕੌਰ। ਜਸਪ੍ਰੀਤ ਕੌਰ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮਾਨਸਾ ਤੋਂ। ਮਾਨਸਾ ਤੋਂ, ਘਰ ਪਰਿਵਾਰ? ਫਾਈਨ ਸਰ। ਫਾਈਨ ਫਾਈਨ, ਅੰਗਰੇਜ਼ੀ ਵੀ ਆਉਂਦੀ ਮਾਨਸੇ ਨੂੰ? ਓਕੇ ਓਕੇ। ਮਾਨਸਾ ਨੂੰ ਕੀ ਸਮਝਿਆ ਜੀ? ਮਾਨਸਾ ਨੂੰ ਮੈਂ ਤਾਂ ਇੰਗਲੈਂਡ ਹੀ ਸਮਝਦਾ, ਤਾਂ ਹੀ ਅੰਗਰੇਜ਼ੀ ਆ ਰਹੀ ਹੈ ਨਾ। ਮਾਨਸਾ ਵਧੀਆ ਜੀ, ਬਹੁਤ ਵਧੀਆ ਹੈ ਕਿ ਨਹੀਂ? ਹਾਂਜੀ। ਕੀ ਸੁਪਨਾ ਜੀ, ਕੀ ਬਣੋਗੇ ਵੱਡੇ ਹੋ ਕੇ? ਹੈ ਨਾਲ ਹੀ ਮੈਂ ਨਾ ਅੜਿਆ। ਹਾਂ, ਬਹੁਤ ਡ੍ਰੀਮ ਹੈ ਜੀ, ਬਹੁਤ ਡ੍ਰੀਮ ਹੈ। ਹਾਂਜੀ, ਜਿਹੜੇ ਰਾਤ ਨੂੰ ਆਉਂਦੇ ਉਹ ਸੁਪਨੇ ਨਹੀਂ, ਮੈਂ ਦੂਜਾ ਪੁੱਛਦਾ ਵੀ ਏਮ ਕੀ? ਨਹੀਂ, ਉਹ ਵੀ ਬਹੁਤ ਹੈ ਜੀ। ਇਹ ਵੀ ਏਮ ਕੀ ਹੈ ਵੈਸੇ? ਕੀ ਬਣਨਾ ਚਾਹੁੰਦੇ ਹੋ ਜੀ? ਬਣਨਾ ਜੀ ਕੀ ਸਰ, ਜੋ ਵੀ ਬਣਨਾ ਹੋਇਆ ਬਣ ਲਾਂਗੇ ਜੀ। ਬਣ ਜੂ ਜੇ ਨਾ ਕੁਝ ਬਣੀ ਜਵਾਕ ਨਹੀਂ, ਅੰਮੀ ਹੋਈ ਬਣ ਜੂ ਨਾ। ਠੀਕ ਹੈ ਜੀ, ਵਧੀਆ। ਤੇ ਹੋਰ ਸ਼ੌਂਕ ਜੀ? ਸ਼ੌਂਕ ਸਿੰਗਿੰਗ, ਗਿੱਧਾ। ਕੀ ਸੁਣਾਓਗੇ ਜੀ ਫਿਰ? ਬਾਬਲ ਦੇ ਵੇੜੇ ਅੰਬੀ ਦਾ ਬੂਟਾ, ਬਾਬਲ ਦੇ ਵੇੜੇ ਅੰਬੀ ਦਾ ਬੂਟਾ, ਅੰਬੀ ਨੂੰ ਬੂਰ ਪਿਆ, ਵਸਦਾ ਰਹੇ ਓ ਮੇਰੇ ਬਾਬਲ ਦਾ ਵੇੜਾ, ਤੀਆਂ ਦੀਏ ਹੀ ਦੁਆ ਮੈਂ ਸੱਦ ਕੇ। ਪਿੱਛੇ ਖੜੀ ਹੱਸਦੀ ਸੀ ਥੋੜਾ ਥੋੜਾ, ਗੋਲ ਗੋਲ ਮਿੱਟੀ ਵਾਲੀ ਨੱਕ ਤੇਰਾ ਜਿਵੇਂ ਪਕੌੜਾ। ਬਾਏ ਹੀ ਉੜ ਜਾਂਦੀ ਹੈ ਜੀ, ਹੁਣੇ ਉੜ ਗਈ। ਹੋਰ ਸੁਣਾਓ, ਗੁੱਤ ਸੋਹਣੀ ਹੈ ਜੀ ਵੈਸੇ। ਥੈਂਕ ਯੂ। ਸਪੈਸ਼ਲੀ ਅੱਜ ਹੀ ਕੀਤੀ ਹੈ? ਨਹੀਂ, ਰੋਜ਼ ਹੀ ਕਰਦੇ। ਰੋਜ਼ ਹੀ ਹੈ ਜੀ। ਏਮ ਕੀ ਹੈ ਜੀ ਤੁਹਾਡਾ? ਏਮ ਪੁਰਾਣੇ ਸੱਭਿਆਚਾਰ ਨੂੰ ਅੱਗੇ ਵੱਲ ਲਿਜਾਵਾਂ। ਅੱਛਾ, ਐਕਸ਼ਨ ਹੁੰਦੇ ਆ, ਤੁਸੀਂ ਵੀ ਕਰੀ ਜਾਂਦੇ। ਤੂੰ ਕਹਿ ਲੈ, ਤੂੰ ਕਹਿ ਲੈ, ਮੈਨੂੰ ਪਤਾ ਬਠਿੰਡੇ ਵਾਲੇ ਇੰਨੀ ਇੱਜ਼ਤ ਕਰਦੇ ਹੁੰਦੇ, ਕਹਿ ਲੈ ਤੂੰ ਕਹਿ, ਤੂੰ ਕਹਿੰਦੀ ਤੁਸੀਂ ਤੇ ਆ ਗਈ, ਤਾਂ ਤੂੰ ਹੀ ਕਹਿ ਤੂੰ ਨਾ। ਠੀਕ ਹੈ, ਐਕਸ਼ਨ ਹੁੰਦੇ। ਹਾਂਜੀ ਹਾਂਜੀ, ਵਧੀਆ ਐਕਸ਼ਨ ਹੈ ਜੀ ਵੀ, ਕਿ ਤਾਂ ਲੈ ਕੇ ਜਾਣਾ ਆਪਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨੀ। ਇੱਧਰ ਆ ਜਾਓ, ਇੱਧਰ। ਅੱਜ ਕੱਲ ਜੇ ਕਾਲਜਾਂ 'ਚ ਗਿੱਧਾ ਪੈਂਦਾ ਤਾਂ ਲੋਕ ਨਚਾਰ ਸਮਝਦੇ ਆ। ਹਾਂਜੀ ਬਿਲਕੁਲ, ਗਿੱਧਾ ਭੰਗੜੇ ਨੂੰ ਸਪੋਰਟ ਕਰਨਾ ਚਾਹੀਦਾ। ਤੇ ਗਾਣਾ ਸੁਣਾਓਗੇ ਜੀ? ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ, ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ, ਲੰਘਣਾ ਰਿਹਾ ਗਹੀਰਾ, ਲੰਘਣਾ ਰਿਹਾ ਗਹੀਰਾ, ਵੇ ਲੰਘ ਕਿੱਕਰਾਂ। ਰਮਨਦੀਪ ਜੀ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਪਿੰਡ ਬੰਗੀ ਦੀਪਾ ਤੋਂ ਜੀ। ਪਿੰਡ ਬੰਗੀ ਦੀਪਾ ਤੋਂ? ਹਾਂਜੀ। ਤੁਸੀਂ ਹੈਗੇ ਹੋ ਜੀ ਮੇਰੇ ਪਾਪਾ? ਹਾਂ, ਮਾਈ ਗੋਡ। ਠੀਕ ਹੈ ਜੀ, ਤੁਸੀਂ ਹੈਗੇ ਹੋ ਜੀ ਮੇਰੇ ਮੰਮੀ? ਬਹੁਤ ਸੋਹਣਾ ਰੋਲ, ਬਹੁਤ। ਹਾਂਜੀ ਹਾਂਜੀ ਹਾਂਜੀ, ਇਹ ਜੀ ਮੇਰੇ ਡੈਡੀ, ਇਹ ਮੈਨੂੰ ਝਿੜਕਦੇ ਬਹੁਤ।
ਪਰ ਤੁਸੀਂ ਮੇਰਾ ਸਾਥ ਜ਼ਰੂਰ ਦੇਣਾ ਕਿਉਂਕਿ ਮਾਂ ਤਾਂ ਹੈ ਨਾ, ਮਾਂ ਨੂੰ ਆਪਣਾ ਪੁੱਤ ਵਧੀਆ ਲੱਗਦਾ, ਡੈਡੀ ਥੋੜ੍ਹਾ ਜਿਹਾ ਕਹਿੰਦੇ ਫਿਰ ਵੀ ਅੱਡ ਚੜ੍ਹ ਜਾ ਕਰ ਦਿੰਦੇ। ਹੁਣ ਮੈਂ ਘਰ ਦੇ ਅੰਦਰ ਆ ਗਿਆ 10 ਵਜੇ ਫਿਰ, ਠੀਕ ਹੈ ਜੀ। ਕੀ ਗੱਲ ਆ, ਕਿੱਧਰ ਮੂੰਹ ਚੱਕਿਆ, ਕਿੱਧਰੋਂ ਆਇਆ? ਘਰੇ ਆਉਂਗਾ ਬਾਪੂ, ਹੋਰ ਕਿੱਧਰ ਜਾਣਾ ਜੀ। ਆਇਆ ਤਾਂ ਘਰੇ ਹੀ ਆ, ਪਰ ਇੰਨੀ ਲੇਟ ਕਿੱਥੋਂ ਆਇਆ? ਤੁਸੀਂ ਕਿਉਂ ਬੁੜਬੁੜ ਕਰਦੇ ਰਹਿੰਦੇ ਹੋ ਸਾਰਾ ਦਿਨ? ਆਪ ਤਾਂ ਲੇਟ ਆਉਣੇ ਹੋ, ਜਵਾਬ ਨੂੰ ਝਟਕਦੇ ਰਹਿੰਦੇ। ਤੂੰ ਚੁੱਪ ਕਰਕੇ ਬੈਠੀ ਹੈ, ਤੂੰ ਹੀ ਸਿਰ ਚੜਾ ਰੱਖਿਆ ਗਿਆ ਇਹਨੂੰ ਸਾਰਾ ਦਿਨ, ਘਰੇ ਨਹੀਂ ਪੜ੍ਹਦਾ ਰਾਤ। ਮੰਮੀ ਮੰਮੀ ਦਾ ਪਰਜਾਣਾ ਵੀ ਨਾ ਪੈਣ ਦੇ ਮੰਮੀ, ਪੜ੍ਹਨਾ ਨਹੀਂ ਕਰਨਾ ਨਹੀਂ, ਸਾਰਾ ਦਿਨ ਗੇੜੀਆਂ ਤੇ ਲੱਗੇ ਰਹਿਣਾ ਹੈਗਾ। ਤੁਸੀਂ ਆਪਦੇ ਜਮਾਨੇ 'ਚ ਹੁੰਦੇ ਸੀ, ਤੁਸੀਂ ਬਥੇਰੀਆਂ ਗੇੜੀਆਂ ਲਾਉਂਦੇ ਸੀ। ਚੁੱਪ ਕਰ ਜਾ, ਹੁਣ ਇਹਦੇ ਸਾਹਮਣੇ ਕਾਹਨੂੰ ਕੋਲ ਖੋਲੀ ਜਾਂਦੀ ਆ। ਅੱਛਾ ਤੁਸੀਂ ਵੀ ਗੇੜੀਆਂ ਨਾਲ ਫਸਾਈਏ ਮੰਮੀ? ਉਹ ਚੁੱਪ ਕਰਕੇ ਰਹਿ ਤੂੰ ਬੇਬੇ, ਘਬਰਾ ਨਾ, ਖਿੱਚ ਕੇ ਪਿਆ ਬੇਬੇ। ਕੀ ਹੋਇਆ ਇਹਨੂੰ? ਲੈਕ ਨੂੰ ਕੀ ਹੋਇਆ? ਐਡਾ ਸੋਹਣਾ ਸੁਨੱਖਾ ਕੀ ਹੋਇਆ ਗਾ? ਜੇ ਸੋਹਣਾ ਸੁਨੱਖਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਲਾਇਕ ਹੈਗਾ। ਅੱਜ ਬਾਪੂ ਨੂੰ ਕਿਹਾ, ਬਾਪੂ ਬੋਲਣੋਂ ਨਹੀਂ ਹਟ ਰਿਹਾ। ਕੋਈ ਨਾ ਹਟ ਜੂ, ਤੁਸੀਂ ਪਤਾ ਨਹੀਂ ਕੀ ਕੁਝ ਖਾਦਾ ਲਾ ਕੇ ਪੇਗ ਜਾ ਬੋਲੀ ਜਾਂਦੇ ਹੋ। ਚਲ ਠੀਕ ਹੈ, ਸੋ ਜਾ, ਬਸ 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 ਡੈਡੀ ਮੰਮੀ ਬਸ, ਥੈਂਕ ਯੂ ਸੋ ਮਚ ਜੀ, ਵਧੀਆ ਲੱਗਿਆ ਗੱਲ ਕਰਕੇ। ਅੱਛਾ ਗੀਤ ਆਉਂਦਾ ਤੁਹਾਨੂੰ? ਇੱਕ ਐਪਲੀਕੇਸ਼ਨ ਸੁਣਾ ਦਿੰਦੀ ਆ ਜੀ। ਚਿੱਠੀ? ਆਜੋ ਜੀ ਆਜੋ, ਐਪਲੀਕੇਸ਼ਨ ਹੈ ਜੀ। ਜਦੋਂ ਆਪਾਂ ਛੋਟੇ ਹੁੰਦੇ ਆ, ਸਕੂਲ ਜਾਣ ਤੋਂ ਬੜਾ ਹੀ ਕਤਰਾਉਂਦੇ ਆ। ਹਾਂਜੀ। ਤੇ ਉਸ ਟਾਈਮ ਜਦੋਂ ਆਪਾਂ ਲਿਖਦੇ ਆ, ਸੁਣਾਓ ਜੀ। ਸ਼੍ਰੀਮਾਨ ਮੈਨੇਜਰ ਜੀ, ਚਾਕਿਓ ਜਰਾ ਇੱਧਰ ਜੀ। ਸ਼੍ਰੀਮਾਨ ਪ੍ਰਧਾਨ ਜੀ, ਇੱਧਰ ਕਰੋ ਧਿਆਨ ਜੀ। ਹੋਈ ਮੇਰੇ ਨਾਲ ਗੱਲ ਜੀ, ਦੱਸੋ ਮੈਂ ਉਹ ਗੱਲ ਜੀ। ਸਕੂਲ ਨੂੰ ਮੈਂ ਆ ਰਹੀ ਸੀ, ਫਿਲਮੀ ਗਾਣੇ ਗਾ ਰਹੀ ਸੀ। ਘਰ ਦੇ ਮੈਂ ਨੇੜੇ ਜੀ, ਕੂਕ ਪਏ ਇਸ ਕੁੱਤੇ ਜੀ। ਖੜਕਾ ਸੁਣ ਕੇ ਚੌਕ ਪਏ, ਸਾਈਕਲ ਦੇਖ ਕੇ ਭੌਕ ਪਏ। ਸਾਈਕਲ ਮੈਂ ਭਜਾਈ ਜੀ, ਮਸਾਂ ਨਹਿਰ ਤੇ ਆਈ ਜੀ। ਨਹਿਰ ਦੇ ਮੈਂ ਕੋਲ ਜੀ, ਸਾਈਕਲ ਦਾ ਪਟਾਕਾ ਪਿਆ ਬੋਲ ਜੀ। ਟੁੱਟਣਾ ਬਚਿਆ ਗੋਡਾ ਜੀ, ਪਰ ਛਿੱਲਿਆ ਗਿਆ ਮੋਢਾ ਜੀ। ਅੱਖ ਨਿਕਲਣਾ ਬਚੀ ਜੀ, ਪਰ ਚੁੰਨੀ ਚੱਕੇ ਵਿੱਚ ਫਸੀ ਜੀ। ਸ਼੍ਰੀਮਾਨ ਹਜ਼ੂਰ ਜੀ, ਹੁਣ ਮੇਰੀ ਛੁੱਟੀ ਕਰੋ ਮਨਜ਼ੂਰ ਜੀ। ਥੈਂਕ ਯੂ। ਬਹੁਤ ਸੋਹਣੀ ਡਰਾਇੰਗ ਮੈਨੂੰ ਇਹਨਾਂ ਨੇ ਆਪ ਖੁਦ ਬਣਾਈ ਜੀ, ਮੇਰੀ ਆਹ ਵੀ ਫੋਟੋ, ਮੇਰੀ ਆਹ ਵੀ ਫੋਟੋ, ਅਤੇ ਬਹੁਤ ਸੋਹਣੀ ਕਲਾ, ਅਤੇ ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ, ਇੰਨਾ ਪਿਆਰ। ਧਰਮਜੀਤ ਸਰ, ਪ੍ਰਿੰਸੀਪਲ ਸਰ ਦਾ ਵੀ ਨਾਂ ਹੈਗਾ ਜੀ, ਥੈਂਕ ਯੂ ਸੋ ਮੱਚ ਜੀ, ਸਾਰਿਆਂ ਦਾ, ਸਾਰਿਆਂ ਦਾ ਧੰਨਵਾਦ, ਪੂਰੇ ਕਾਲਜ ਮੈਨੇਜਮੈਂਟ ਦਾ, ਸਟਾਫ ਦਾ, ਤੁਹਾਡਾ ਸਾਰਿਆਂ ਦਾ। ਅੱਛਾ ਤੁਸੀਂ ਨਾ ਡਰਾਇੰਗ ਕਰਦੇ ਹੋਏ ਸੀਗੇ ਜੀ ਉੱਧਰੋਂ, ਠੀਕ ਹੈ, ਤੁਸੀਂ ਉੱਧਰੋਂ ਤੁਹਾਡੇ ਮੰਮੀ ਆ ਗਏ? ਮੰਮੀ ਮੈਂ ਜੀ ਤੁਹਾਡੇ, ਤੁਹਾਨੂੰ ਵੈਸੇ ਝਿੜਕਦੇ ਵੀ ਹੁੰਦੇ ਆ ਵੀ ਆਹ, ਚਲੋ ਠੀਕ ਹੈ, ਬਿਲਕੁਲ ਤੁਹਾਡੇ ਮੰਮੀ ਆ ਗਏ। ਵਧੀਆ ਲੱਗਦਾ, ਬੋਲ ਬੋਲ ਕੇ ਕਮਲਾ ਥੱਕਦਾ ਹੀ ਨਹੀਂ, ਥੱਪੜ ਮਾਰੀ ਜਗ੍ਹਾ ਆ। ਹਾਂ ਮੈਂ ਤੈਨੂੰ ਦੱਸਾਂ, ਇਹਨੂੰ ਇਹਨੂੰ ਪੜ੍ਹਨਾ ਨੀ, ਪੜ੍ਹਨਾ ਨੀ, ਰਾਤ ਨੂੰ ਪੜੂ। ਜਦੋਂ ਦੇਖੋ ਚੱਕ ਕੇ ਪੈਨਸ਼ਨ ਦਾ ਬੂਟਾ ਦੇ ਕੇ ਦੱਸ ਦੇਖ ਬੂਟਾ, ਆ ਜਿਹੜੇ ਬੋਧੇ ਬਣੀ ਇਹਨਾਂ ਦੇ ਬੋਧੇ ਨੂੰ ਪੱਟ ਦੀ ਇਹਨੂੰ ਬੋਧੇ ਬੋਲੂ। ਏਦਾਂ ਦਾ ਕਿਉਂ ਨਾ ਕਹੋ, ਸਾਰੇ ਪੰਜਾਬ ਦੀ ਕੁੜੀਆਂ ਦਾ ਬੇੜਾ ਗਿਰ ਕਰਤਾ ਨੇ। ਮਰ ਜਾਣਾ, ਕੋਈ ਵਾਲ ਬਣਾਈ ਜਾਂਦਾ, ਕੋਈ ਫੋਟੋਆਂ ਦੇਈ ਜਾਂਦਾ, ਕੋਈ ਵਾਲ ਬਣਾਈ, ਹੋਰ ਮੁੰਡੇ ਮਰ ਗਏ। ਦੇਖੀ ਇੱਕ ਗੱਲ ਅੱਛਾ ਹੈ, ਜੋਣਾ ਮਰ ਜਾਣਾ ਹੈ। ਹਾਂਜੀ, ਸੋ ਦੇਖੋ ਜੀ, ਤੁਸੀਂ ਕਹਿੰਦੇ ਹੋ ਵੀ ਸਾਡੀ ਡੰਡ ਲਾਉਂਦਾ, ਮੈਂ ਆਪਣੀ ਡੰਡ ਆਪ ਲਾਈ ਹੈ, ਲਾਉਣੀ ਪੈਣੀ ਸੀ, ਇਹਦੇ ਮੇਰੇ ਠੁੱਟ ਮਾਰੀ ਜਾਂਦੀ ਮਗਰ। ਥੈਂਕ ਯੂ ਸੋ ਮਚ ਜੀ, ਗੋਡ ਬਲੈਸ ਯੂ, ਬਾਬਾ ਜੀ ਮਿਹਰ ਕਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖ ਕਿੰਨੀ ਭੋਲੀ ਬਣਦੀ ਵੀ, ਹਾਂ ਵੀ ਬਸ, ਹਾਂ ਮੇਰੇ ਤੋਂ ਚੰਗੇ ਬੱਚੇ ਤਾਂ ਹੈ ਹੀ ਨਹੀਂ, ਹੈ ਕਿ ਸੱਚੀ ਭੋਲੇ ਜੀ? ਸੱਚੀ ਬੋਲੀ। ਚਲੋ ਬਾਬਾ ਜੀ ਵਧੀਆ ਰੱਖਣ, ਮਿਹਰ ਕਰਨ। ਅਤੇ ਕੀ ਸੁਣਾਓਗੇ ਜੀ, ਕੀ ਸ਼ੌਂਕ ਹੈ? ਮੇਰਾ ਸ਼ੌਂਕ ਕਵਿਤਾਵਾਂ ਲਿਖਣਾ, ਕਵਿਤਾਵਾਂ ਪੜ੍ਹਨਾ, ਔਰ ਵਧੀਆ ਵਧੀਆ ਚੰਗੀਆਂ ਕਿਤਾਬਾਂ ਪੜ੍ਹਨਾ। ਤੁਹਾਡੇ ਵਿੱਚੋਂ ਮੈਨੂੰ ਆਪਣੀ ਭੈਣ ਦਿੰਦੀ ਹੈ, ਦੱਸੋ ਕਿਵੇਂ? ਤੁਹਾਡੀ ਭੈਣ ਦਾ ਵੀ ਸ਼ੌਂਕ ਇਹੀ ਹੋਊਗਾ? ਨਾ 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 ਨਾ, ਜੇ ਮੇਰੀ ਭੈਣ ਹੁੰਦੀ ਉਹਦੇ ਵੀ ਦੰਦ ਟੇਢੇ ਹੋਣੇ ਸੀ। ਕਿਵੇਂ ਦੇ ਦੰਦ? ਮੇਰੇ ਉਵੇਂ ਦੇ ਮੇਰੀ ਭੈਣ ਦੇ। ਬਹੁਤ ਵਧੀਆ, ਬਹੁਤ ਵਧੀਆ, ਸੁਣਾਓ, ਅਸੀਂ ਲੱਕੀ ਹੁੰਦੇ ਹਾਂ। ਕਿਉਂ ਜੀ, ਸੁਣਾਓ ਜੀ, ਕਿਹੜੇ ਕਿਹੜੇ ਦੰਦਾਂ ਮਾਰੀਏ? ਕਵਿਤਾ ਮੇਰੇ ਪਾਪਾ ਦੀ ਲਿਖੀ ਹੋਈ ਹੈ। ਓਕੇ ਜੀ, ਤੁਹਾਡੇ ਫਾਦਰ ਸਾਹਿਬ ਆਪ ਲਿਖਦੇ ਜੀ? ਹਾਂਜੀ, ਸੁਣਾਓ ਜੀ। ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ, ਮਾਤ ਭਾਸ਼ਾ ਦਾ ਕਰਨਾ ਸਿੱਖੀਏ ਆਪਾਂ ਵੀ ਸਤਿਕਾਰ। ਗੁਰੂਆਂ ਭਗਤਾਂ ਦਾ ਗ੍ਰੰਥ ਜੋ ਲਿਖਿਆ ਵਿੱਚ ਪੰਜਾਬੀ, ਇਸੇ ਗੁਰੂ ਗ੍ਰੰਥ ਤੋਂ ਮਿਲਦੀ ਸਾਨੂੰ ਸਮਝ ਖੁਦਾ ਦੀ। ਗੁਰਬਾਣੀ ਤੇ ਸੂਫੀ ਕਵਿਤਾ, ਵਾਰਾਂ ਕਿੱਸੇ ਦੋਹੇ, ਇਸ ਭਾਸ਼ਾ ਵਿੱਚ ਵਾਰਿਸ ਸ਼ਾਹ ਨੇ ਇਸ਼ਕ ਦੇ ਨਗਮੇ ਛੋਹੇ। ਜਨਮ ਮਰਨ ਤੇ ਵਿਆਹ ਦੇ ਮੌਕੇ ਜਾਂ ਫਿਰ ਖੁਸ਼ੀ ਗਮੀ ਵਿੱਚ, ਇਹੋ ਭਾਸ਼ਾ ਤ੍ਰਿਪਤੀ ਦੇਵੇ ਸਾਨੂੰ ਖੁਸ਼ਕ ਨਮੀ ਵਿੱਚ। ਸਮਝੋ ਸਿੱਖੋ ਹੋਰ ਬੋਲੀਆਂ,
छड़ो ना पंजाबी रूही उच्ची आख सुनावे एदी शान नवाबी एदी शान नवाबी। बहुत सोहनी बहुत सोहनी। फादर साहब का नाम की है जी? प्रोफेसर नवसंगीत सिंह। नवसंगीत सिंह तुसी उन्हां दी बेटी हो जी? वो मेरे मास्टर जी दे भरा है प्रेम प्रदीप सिंह जी। हाँ जी। ब्रह्म जगदीश जी। हाँ जी। वो बोले रिश्तेदारी निकली पैर निकली। मैं भी कहां दंद टेढ़े क्यों है सच्ची हो गए। ओके ओके बहुत सोहनी है ना कविता उन्होंने सत श्रीकाल कहो ते मम्मा सत श्रीकाल जी बल्ले बल्ले रिश्तेदार जी कल कहते टीवी जाए रिश्तेदारियां आ गई तो पंजाब पंजाबी बोली तो पंजाबीयत की असं सदा ही अरदास करते हैं भी चढ़ती कला के रहे तो मैडम ने असी तीजे सैगमेंट टीचर से गल करेंगे जी। थैंक यू सो मच जी। चंगा भेने रिश्तेदारियाँ ऐ बन दिया रिश्तेदारियाँ। ਸਸਿਕਾ ਜੀ। ਸਸਿਕਾ ਸਰ। ਕੀ ਨਾਮ ਤੁਹਾਡਾ? ਅਮਨ ਸਰ। ਅਮਨ। ਅਮਨ ਕੀ ਤੁਹਾਡਾ ਕੀ ਡ੍ਰੀਮ ਹੈ ਜੀ? ਕੀ ਬਣੋਗੇ? ਸਰ ਟੀਚਰ ਬਣਨਾ। ਟੀਚਰ ਜੀ। ਯੈਸ ਸਰ। ਟੀਚਰ ਪ੍ਰੋਫੈਸ਼ਨ ਹੀ ਕਿਉਂ ਚੁਣਿਆ? ਸਰ ਉਹਦੀ ਮੈਨੂੰ ਵਧੀਆ ਲੱਗਦਾ ਜੀ ਬੱਚਿਆਂ ਨੂੰ ਐਜੂਕੇਸ਼ਨ। 10 ਵਜੇ ਜਾਓ 2 ਵਜੇ ਆਓ ਸਾਰੇ ਸਾਰੇ ਆਏ ਨੇ। ਮੈਡਮ ਜੀ ਸਸਿਕਾ ਜੀ। ਮੈਡਮ ਜੀ ਮੈਡਮ ਜੀ ਐ ਹੁੰਦੀ ਰਹਿੰਦੀ ਹੈ ਜੀ। ਟੌਰ ਦੀ ਟੌਰ। ਯੈਸ ਸਰ। ਹਣਾ ਜੀ। ਠੀਕ ਹੈ ਠੀਕ ਹੈ। ਅੱਛਾ ਤੇ ਸਪੋਜ਼ ਕਰੋ ਵੀ ਤੁਸੀਂ ਇੱਧਰ ਆਓ ਤੁਸੀਂ ਮੈਡਮ ਬਣ ਗਏ ਜੀ। ਤੁਸੀਂ ਮੈਡਮ ਬਣ ਗਏ ਜੀ ਮੇਰੇ ਕੋਇਡ ਕਾਲਜ ਮਿਲ ਗਿਆ ਉੱਥੇ ਮੁੰਡੇ ਵੀ ਆ ਕੁੜੀਆਂ ਵੀ। ਯੈਸ। ਤੇ ਜਿਹੜਾ ਮਰਜ਼ੀ ਸਬਜੈਕਟ ਪੜਾਇਓ ਅੱਜ ਮੁੰਡੇ ਦੀ ਪਹਿਲੀ ਕਲਾਸ ਹੈ ਜੀ। ਹਾਂਜੀ ਹਾਂਜੀ ਆ ਗਏ। ਇੰਨਾ ਹੱਸ ਕੇ ਸਵਾਗਤ। ਮੈਡਮ ਤੁਸੀਂ ਮੈਡਮ ਬਣੋ ਜੀ ਮੈਂ ਜਵਾਕ ਹਾਂ ਹੱਸਣਾ ਜਮਾ ਨਹੀਂ। ਜਵਾਕ ਜਵਾਕ ਚੰਬਲ ਜੂ। ਲੇਟ ਕਿਉਂ? ਫੋਨ ਆ ਜੀ ਜਾਮ ਲੱਗ ਗਿਆ ਜੀ। ਫਿਰ ਪਹਿਲਾਂ ਤੁਰਨਾ ਸੀ ਘਰ ਜਦੋਂ ਪਤਾ ਸੀ। ਪਹਿਲਾਂ ਜੀ ਮੈਂ ਨਾ ਜੀ ਬੀਬੀ ਨੂੰ ਲੈ ਕੇ ਗਿਆ ਸੀਗਾ ਜੀ ਮਾਸੀ ਦੇ ਘਰੇ। ਫਿਰ ਮਾਸੀ ਦੇ ਘਰੇ ਰਹਿ ਲੈਂਦੀ ਕਲਾਸ 'ਚ ਕਿਉਂ ਆਈ? ਮੈਂ ਤਾਂ ਕਿਹਾ ਸੀਗਾ ਰੱਖ ਲਓ ਮਾਸੀ। ਕਹਿੰਦੀ ਕੀ ਕਰਨਾ ਹੈ ਡਫਾਓ। ਹੁਣ ਸਾਡੀ ਮਾਸੀ ਦੀ ਨੇਚਰ ਵੀ ਤੁਹਾਡੇ ਨਾਲ ਹੀ ਮਿਲਦੀ ਹੈ। ਸ਼ੇਮਲੈਸ ਜੀ ਨਾ ਹੋਣ ਤਾਂ ਕਲਾਸ ਟੇਬਲ ਹੀ ਹੁੰਦਾ ਟੀਚਰ ਨਾਲ। ਨਹੀਂ ਸ਼ੇਮਲੈਸ ਕੌਣ ਜੀ? ਮਾਸੀ। ਤੁਸੀਂ? ਅੱਛਾ ਮੈਂ ਸੋਚਿਆ ਮਾਸੀ ਤੇ ਤੁਸੀਂ। ਬਦਤਮੀਜ਼ ਜੀ ਨਾ ਹੋਣ ਤਾਂ। ਹਾਂ ਜੀ ਹਾਂ ਜੀ। ਨਾਨ ਚੱਲ ਪੈ ਜਾ। ਪਿੰਡਾਂ ਵਾਲੇ ਆਣੇ ਨਹੀਂ ਆਏ। ਹਾਂ ਮੈਨੂੰ ਪਤਾ ਹੈ ਪਿੰਡੂਆਂ ਦਾ। ਹੁਣ ਦਿਲੋਂ ਤਾਂ ਵਧੀਆ ਹੁੰਦੇ ਵੇ ਪਿੰਡਾਂ ਵਾਲੇ। ਹਾਂ ਮੈਨੂੰ ਪਤਾ ਹੈ। ਦਿਲ ਤੋਂ ਹੀ ਸਾਫ਼ ਰਹੋ ਕੁਛ ਕਰਿਓ ਨਾ। ਦਿਲ ਤੋਂ ਹੀ ਸਾਫ਼ ਰਹਿਣਾ ਜੀ। ਹੋਰ ਕੀ ਜੀ ਟੌਰਾਂ ਕੱਢ ਕੇ ਤਾਂ ਹਰੇਕ ਕੋਈ ਆ ਜਾਂਦਾ ਇੱਥੇ ਦਿਲ ਦੇ ਸਾਫ਼। ਇਹ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਓਕੇ ਟੌਰ ਕੱਢਣੀ? ਹਾਂ ਪੜਾਉਣ ਆਇਓ ਇੰਨੀ ਟੌਰ ਕੱਢਣੀ ਪੜਾਉਣ ਵਾਲੇ ਥੋੜੀ ਜਾ ਕੇ ਤੁਸੀਂ ਵੀ ਤਾਂ ਟੌਰ ਥੋੜੀ ਨਾ ਗਿਆ ਤੁਸੀਂ ਟੌਰ ਕੱਢ ਕੇ ਉਹ ਪੜ੍ਹ ਕੇ ਵੀ ਤਾਂ ਦਿਖਾਓ। ਅੱਛਾ ਜੀ ਅਸੀਂ ਵੀ ਤਾਂ ਪੜ੍ਹ ਕੇ ਕੁਝ ਬਣੇ ਆ। ਅੱਛਾ ਜੀ ਆਪਣੇ ਵੇਲੇ ਬਹੁਤ ਪੜ੍ਹਾਈ ਕੀਤੀ ਤੁਸੀਂ? ਹਾਂਜੀ ਮੈਨੂੰ ਪਤਾ ਲੱਗ ਰਿਹਾ ਮੈਚਿੰਗ ਤੋਂ ਕਿੰਨਾ ਕਿਤੇ ਬੱਲੇ ਬੱਲੇ ਨੌ ਪਾਲੀ ਦੇਖੋ ਮੈਡਮ ਜੀ। ਮੈਡਮ ਜੀ ਆਹ ਕਿਹੜੀ ਨੌ ਪਾਲਿਸ਼ ਆ ਦੋ ਰੰਗੀਆ? ਮੈਨੂੰ ਲੱਗਦਾ ਮੈਡਮ ਜੀ ਅੱਧੀ ਨੌ ਪਾਲਿਸ਼ ਮੁੱਕ ਗਈ ਹੋਊ। ਮੈਡਮ ਨਾ ਮੈਡਮ ਦੀ ਅੱਧੀ ਨੌ ਪਾਲਿਸ਼ ਮੁੱਕ ਗਈ ਅੱਧੀ ਮੈਡਮ ਨੇ ਫਿਰ ਦੂਜੀ ਰੰਗੀ। ਨੌਨਸੈਂਸ ਆ ਤੇਰਾ ਕੋਲ ਛੋਟਾ ਸੀਗਾ ਸ਼ਰਟ ਬਾਹਰ ਦੀ ਕੱਢੀ ਹੋਈ ਹੈ ਆਹ ਲੰਬੀ ਹੈ ਜੀ। ਮੈਡਮ ਜੀ ਆਹ ਲੰਬੀ ਹੈ ਜੀ ਤੇ ਹਾਂ ਫਿਰ ਕੋਣ ਛੋਟਾ ਹੀ ਆ ਨਾ ਮੇਰਾ ਗੜਤੀ ਜੀ ਬਾਹਰ ਆਪਾਂ ਇਹ ਵੱਡਾ ਲੈ ਕੇ ਆਉਣਾ ਸੀ ਇਹ ਹੁਣ ਪਿੰਡਾਂ ਵਾਲੇ ਆਂ ਜੀ ਪਤਾ ਕਿਹੜਾ ਲੱਗਦੇ ਸਾਨੂੰ ਕਿਵੇਂ ਪਤਾ ਲੱਗਦਾ ਨਹੀਂ ਤਾਂ ਇਹ ਤਾਂ ਪਿੰਡੂ ਕਹਿ ਰਹੇ ਆ ਤੁਹਾਨੂੰ ਹਾਂਜੀ 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 ਤੁਸੀਂ ਸ਼ਹਿਰ ਨਾਲ ਦੇਖ ਲਓ ਦੋ ਰੰਗੀਆਂ ਦੇਖ ਲਓ ਇਹ ਤਾਂ ਟ੍ਰੈਂਡ ਓਕੇ ਹੈ ਅੰਗਰੇਜ਼ੀ ਬੋਲਦੀ ਹੋ ਨਾ ਠੀਕ ਹੈ ਜੀ ਮੈਡਮ ਵਧੀਆ ਲੱਗੇ ਗੱਲਬਾਤ ਕਰਕੇ ਅੱਛਾ ਤੇ ਗਾਣਾ ਵੀ ਆਉਂਦਾ ਨੋ ਮੈਂ ਸੀ ਬੋਲੀਆਂ ਸੁਣਾ ਰਹੀ ਆ ਬਟ ਮੇਰੇ ਫੈਨਸ ਲੱਗ ਗਿਆ ਪਤਾ ਹੀ ਦੋ ਰੰਗੀਆਂ ਹੁਣ ਇਹਨੂੰ ਥੱਲੇ ਕਰ ਦੇ ਚਲੋ ਹੁਣ ਗਾਣਾ ਬੋਲੀ ਬੋਲੀ ਬੁਲਾਓ ਉਹਨਾਂ ਨੂੰ ਬੁਲਾਓ ਆ ਜਾਓ ਆ ਜਾਓ ਨਾਲੇ ਮੇਰਾ ਨੌ ਪੈਣ ਦੇਖੋ ਆ ਫਿਰ ਦੁਬਾਰਾ ਬੁਲਾਓ ਉੱਚਾ ਕੋਡ ਦੇਖੋ ਪਹਿਲਾਂ ਨੇ ਕਹੋ ਪਤਲਾ ਲੰਗ ਤੇ ਗਰਦਨ ਗੋਰੀ ਕਰ ਲਿਆ ਟਿੱਲੋ ਦਾ ਦਿਲ ਚੋਰੀ ਜਾ ਕੇ ਮਿਲਿਆ ਪਿੰਡ ਪੰਡੋਰੀ ਪੁੱਛ ਲੈ ਹਾਲ ਨਿਮਾਣੇ ਦਾ ਤੇਰਾ ਕੀ ਜਾਂਦਾ ਮੁਟਿਆਰੇ ਦਿਲ ਲੱਗ ਦਿਲ ਮਰ ਜਾਣੇ ਦਾ ਤੇਰਾ ਕੀ ਜਾਂਦਾ ਮੁਟਿਆਰੇ ਲੱਗ ਜੂ ਦਿਲ ਮਰ ਜਾਣੇ ਦਾ। ਥੈਂਕ ਯੂ ਸੋ ਮਚ ਜੀ। ਅੱਛਾ ਜੀ ਮੈਡਮ ਨੇ ਉਹ ਬੱਲੇ ਫੋਟੋਆਂ ਜਿਹੜੀ ਫਿਰਦੇ ਹੋ ਥੈਂਕ ਯੂ ਬਹੁਤ ਸਾਰਾ ਧੰਨਵਾਦ ਸਾਰਿਆਂ ਦਾ ਧੰਨਵਾਦ 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 ਨੀ ਤੇਰੀ ਦੰਦਾਂ ਵਿਚਲੀ ਵਿੱਥ ਭੁਲੇਖੇ ਪਾਉਂਦੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਜੀ? ਨੀ ਤੇਰੀ ਦੰਦਾਂ ਵਿਚਲੀ ਵਿੱਥ ਭੁਲੇਖੇ ਪਾਉਂਦੀ ਆ ਲੱਗਦਾ ਬਾਪੂ ਨੂੰ ਕਮਾਈ ਬਾਲੀ ਆਉਂਦੀ ਆ। ਪੈਸੇ ਵਾਲੇ ਹੁੰਦੇ ਜੀ ਪਤਾ ਤੁਹਾਨੂੰ? ਚਲੋ ਵਧੀਆ ਵਧੀਆ ਸੁਣਾਓ ਜੀ ਸ਼ੇਰ। ਸੋਹਣੀ ਸੂਰਤ ਤੇ ਕਦੇ ਮਾਣ ਨਹੀਂ ਕਰੀਦਾ ਜਮਾ ਹੀ ਨਹੀਂ ਧਨ ਦੌਲਤ ਦਾ ਕਦੇ ਗੁਮਾਨ ਨਹੀਂ ਕਰੀਦਾ ਉਹਨੂੰ ਕਹਿਣਾ ਮੈਂ ਹਾਂ ਧਨ ਦੌਲਤ ਵਾਲੇ ਤੁਸੀਂ ਹੋ ਹਾਂਜੀ। ਸੋਹਣੀ ਸੂਰਤ ਤੇ ਕਦੇ ਮਾਣ ਨਹੀਂ ਕਰੀਦਾ ਧਨ ਦੌਲਤ ਦਾ ਕਦੇ ਗੁਮਾਨ ਨਹੀਂ ਕਰੀਦਾ ਪਿਆਰ ਪਾ ਕੇ ਜੇ ਨਿਭਾਉਣਾ ਨਹੀਂ ਆਉਂਦਾ ਤਾਂ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨਹੀਂ ਕਰੀਦਾ। ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਥੈਂਕ ਯੂ ਸੋ ਮਚ ਜੀ ਗੋਡ ਬਲੈਸ ਯੂ। ਕੀ ਹੋਬੀਜ਼ ਹੈ ਤੁਹਾਡੀਆਂ? ਸਾਰਾ ਕੁਝ ਹੀ। ਸਭ ਕੁਝ ਗਾ ਵੀ ਲੈਣੇ ਹੋ ਤੇ ਡਾਂਸ ਵੀ ਕਰ ਲੈਣੇ ਹੋ?
ਗਾਉਣ ਵਾਲੇ ਅਸੀਂ ਬਥੇਰੀਆਂ ਸੋਹਣਾ ਸੁਣਨੀਆਂ ਹੋਰ ਵੀ ਕੁੜੀਆਂ ਤੁਸੀਂ ਡਾਂਸ ਕਰਕੇ ਦਿਖਾਓ ਠੀਕ ਹੈ ਜੀ ਸਰ ਪਹਿਲਾਂ ਉੱਪਰ ਮੇਰੇ ਫਰੈਂਡਸ ਖੜੇ ਉਹਨਾਂ ਨੂੰ ਹਾਈ ਕਰ ਦਿਓ ਉੱਪਰ ਕਿਹੜੇ ਖੜੇ ਥੈਂਕ ਹੈਲੋ ਹੈਲੋ ਓ ਬੰਦੇ ਬੰਦੇ ਸਾਰਿਆਂ ਦਾ ਹੈਲੋ ਸਾਰਿਆਂ ਦਾ ਥੈਂਕ ਯੂ ਉਹ ਪਿਛਲੇ ਹੁਣ ਡਿੱਗਣਾ ਜਾਇਓ ਚਲੋ ਹੁਣ ਡਾਂਸ ਕਰਕੇ ਦਿਖਾਓ ਜੀ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਤੇ ਹੈਗੇ ਜੀ ਅਸੀਂ ਸ਼ਹਿਰ ਤਲਵੰਡੀ ਸਾਬੋ ਆਜੋ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹਨੂੰ ਬਾਅਦ ਚ ਕਿੱਥੇ ਬੁਲਾ ਲਾ ਲਈ ਆ ਗਈ ਹੁਣ ਹੋਰ ਜੀ ਵਧੀਆ ਕੀ ਨਾਂ ਹੈ ਤੁਹਾਡਾ ਮੋਨਿਕਾ ਕਿੱਥੋਂ ਬਿਲੋਂਗ ਰਹਿੰਦੇ ਹੋ ਜੀ ਡੱਬ ਵਾਲੀ ਮੈਂ ਕਿਹਾ ਕਿੱਥੋਂ ਬਿਲੋਂਗ ਰਹਿੰਦੇ ਹੋ ਅਗਲੀ ਨਹੀਂ ਮੈਂ ਡੱਬ ਵਾਲੀ ਕਿਹਾ ਕਰੋ ਵੀ ਕੀ ਬੋਲੀ ਜਾਂਦਾ ਅੱਗੋਂ ਜਿਵੇਂ ਮੈਂ ਫੜਦਾ ਉਹਨਾਂ ਫੜਿਆ ਕਰੋ ਵੀ ਕੀ ਬੋਲ ਗਿਆ ਠੀਕ ਹੈ ਜੀ ਡੱਬ ਵਾਲੀ ਡੱਬ ਵਾਲੀ ਕਿਵੇਂ ਮਸ਼ਹੂਰ ਕਾਹਦੇ 'ਚ ਮਸ਼ਹੂਰ ਹੈ ਕਾਸੇ 'ਚ ਵੀ ਨਹੀਂ ਕਾਸੇ 'ਚ ਨਹੀਂ ਜੀਪਾਂ 'ਚ ਮਸ਼ਹੂਰ ਹੈ ਹਾਂ ਸੌਰੀ ਅਸੀਂ ਕੱਟ ਰਹੇ ਹਾਂ ਬਾਹਰ ਹੀ ਰਹੇ ਹਾਂ ਤਾਂ ਕਰਕੇ ਬਾਹਰ ਕਿੱਥੇ ਇੰਗਲੈਂਡ ਰਹੇ ਹੋ ਨਹੀਂ ਇੱਥੇ ਰਹੇ ਹਾਂ ਬੜੇ ਇੱਥੇ ਪਤਾ ਹੀ ਹੁੰਦਾ ਮੈਨੂੰ ਚੰਡੀਗੜ੍ਹ ਰਹਿ ਕੇ ਪਤਾ ਵੀ ਡੱਬ ਵਾਲੀ ਕਿਉਂ ਮਸ਼ਹੂਰ ਹੈ ਤੁਹਾਨੂੰ ਇੱਥੇ ਤੱਕ ਨਹੀਂ ਪਤਾ ਆਏ ਹੋਵੋਗੇ ਡੱਬ ਵਾਲੀ ਡੱਬ ਵਾਲੀ ਮੈਂ ਨਾ ਡੱਬ ਵਾਲੀ ਨਹੀਂ ਆ ਫਿਰ ਐਂ ਤਾਂ ਪਤਾ ਹੀ ਹੁੰਦਾ ਹੁਣ ਮੈਨੂੰ ਕਿਹੜਾ ਪਤਾ ਵੀ ਕੈਨੇਡਾ ਕਿੱਥੇ ਪਰ ਪਤਾ ਤਾਂ ਹੁੰਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਕੌਣ ਹੈ ਕੌਣ ਹੈ ਪਤਾ ਨਹੀਂ ਤੁਹਾਨੂੰ ਪਤਾ ਹੋਊ ਮੈਨੂੰ ਤਾਂ ਪਤਾ ਜਸਟਿਨ ਟ੍ਰੀਟੋ ਉਹ ਸੱਚੀ ਸਰਚ ਮਾਰ ਰਹੇ ਹੋਏ ਹੀ ਹੱਸ ਪੈਂਦੀ ਦੱਸ ਗੁੜ ਦਾ ਨਾਮ ਸੁਣਿਆ ਹੱਸ ਪੀਆ ਵੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਗਗਨਦੀਪ ਕੌਰ ਜੀ ਗਗਨਦੀਪ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਪਿੰਡ ਰਾਮਗੜ ਭੁੰਦੜ ਤੋਂ ਜੀ ਓਕੇ 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 ਪਰਿਵਾਰ 'ਚ ਕੌਣ ਕੌਣ ਹੈ ਜੀ ਮੇਰੇ ਮੰਮੀ ਮੇਰੇ ਡੈਡੀ ਅਤੇ ਮੇਰੀ ਛੋਟੀ ਸਿਸਟਰ ਜੀ ਓਕੇ ਓਕੇ ਦੀਦੀ ਛੋਟੇ ਭੈਣ ਹਾਂਜੀ ਪੜ੍ਹਾਉਣੇ ਵੀ ਹੁੰਦੇ ਉਹਨਾਂ ਨੂੰ ਨਹੀਂ ਜੀ ਉਹ ਪੜ੍ਹਦੇ ਨਹੀਂ ਜੀ ਮੇਰੇ ਤੋਂ ਉਹ ਤੁਹਾਡੇ ਤੋਂ ਨਹੀਂ ਪੜ੍ਹਦੇ ਹਾਂਜੀ ਓਕੇ ਓਕੇ ਅਤੇ ਕੀ ਸੁਣਾਓਗੇ ਸਾਨੂੰ ਸੌਂਗ ਸੁਣਾਉਣਾ ਹੈ ਸੁਣਾਓ ਜੀ ਸੁਣਾਓ ਬੇ ਮੈਂ ਸਾਵੀ ਜਦ ਲੈਂਦੀ ਤੂੰ ਚੇਤੇ ਆਵੇਂ ਇੱਕ ਤੂੰ ਹੀ ਬੇਕਦਰਾ ਜਿਹੜਾ ਕਦਰਾਂ ਨਾ ਪਾਵੇਂ ਸਾਨੂੰ ਰੁਲਿਆਂ ਨੂੰ ਬੰਨੇ ਆਲਾ ਦੇ ਸੋਹਣਿਆ ਜਾਂ ਤਾਂ ਸਾਡਾ ਹੋ ਜਾਂ ਭੁਲਾ ਦੇ ਸੋਹਣਿਆ ਅੱਛਾ ਜੀ ਅੱਗੇ ਜੇ ਤੂੰ ਫਿਰ ਦਗ ਬਚਿਆ ਕਾਤੋਂ ਦੁਨੀਆ ਦੀ ਪੀੜ ਚ ਆਪੇ ਮਿਲ ਜਾਣਾ ਏ ਜੋ ਵੀ ਹੋਇਆ ਤਕਦੀਰ ਚ ਬੇ ਮੈਂ ਫਿਰਦੀ ਹਾਂ ਤੇਰੇ ਨਿਤਹਾੜੇ ਕੱਢਦੀ ਇਹ ਤੁਹਾਡਾ ਟੱਬਰ ਸਾਰਾ ਦੇਖ ਰਿਹਾ ਮੈਨੂੰ ਪਤਾ ਜੀ ਮੇਰੀ ਮੰਮੀ ਨੂੰ ਮੈਂ ਦੱਸ ਗਈ ਸੀ ਵੀ ਮੈਂ ਤਾਂ ਐਂ ਹੀ ਗਾਉਂ ਆ ਅੱਛਾ ਮੇਰੀ ਮੰਮੀ ਕਹਿੰਦੀ ਤੁਸੀਂ ਆਉਣਾ ਹੈ ਟੀਵੀ ਤੇ ਪੱਕਾ ਹਾਂ ਚਲੋ ਠੀਕ ਹੈ ਤੁਹਾਡੇ ਮੰਮੀ ਦੇਖਦੇ ਹੁੰਦੇ ਪ੍ਰੋਗਰਾਮ ਹਾਂਜੀ ਅਸੀਂ ਸਾਰੇ ਦੇਖਦੇ ਹਾਂ ਚਲੋ ਠੀਕ ਹੈ ਤੁਹਾਡੇ ਮੇਰੀ ਭੈਣ ਨੂੰ ਇੱਕ ਵਾਰੀ ਹੈਲੋ ਕਹੋ ਹੈਲੋ ਛੋਟੀ ਭੈਣ ਤੇ ਹੈਲੋ ਇਹਨਾਂ ਦੇ ਮੰਮੀ ਜੀ ਨੂੰ ਅੰਕਲ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਐਨੇ ਗਾਇਆ ਜੀ ਗਾਣਾ ਹਾਂਜੀ ਮੇਰਾ ਕੋਈ ਕਸੂਰ ਮੇਰੀ ਕੋਈ ਗੱਲ ਕੀ ਅੰਕਲ ਜੀ ਘੂਰੀ ਜਾਂਦੇ ਹੋ ਜੀ ਇਹਨੂੰ ਘੂਰੋ ਉਹ ਕੁਝ ਨਹੀਂ ਕਹਿੰਦੇ ਜੀ ਅੱਛਾ ਉਹ ਵੀ ਉਹ ਕੁਝ ਕਹਿੰਦੇ ਨਹੀਂ ਜਿਹੜੀ ਮੰਮੀ ਕਹਿੰਦੀ ਸੀ ਉਹਨੂੰ ਮੈਂ ਕਹਿ ਆਈ ਛੋਟੀ ਭੈਣ ਮੇਰੇ ਕੋਲੋਂ ਪੜ੍ਹਦੀ ਨਹੀਂ ਉਹ ਕਹਿੰਦੀ ਤੂੰ ਚੱਜ ਨਾ ਪੜ੍ਹਾਉਂਦੀ ਉਹ ਕਹਿੰਦੀ ਛੋਟੀ ਭੈਣ ਕਹਿੰਦੀ ਤੂੰ ਚੱਜ ਨਾ ਪੜ੍ਹਾਉਂਦੀ ਚਲੋ ਬਾਬਾ ਜੀ ਚੜ੍ਹਦੀ ਕਲਾ ਰੱਖਣ ਜੀ ਖੁਸ਼ ਰਹੋ ਹਮੇਸ਼ਾ ਹੱਸਦੇ ਵੱਸਦੇ ਰਹੋ ਥੈਂਕ ਯੂ ਜੀ ਥੈਂਕ ਯੂ ਫੇਰ ਥੈਂਕ ਯੂ ਹਾਂ ਫੜੋ ਜੀ ਮਾਈਕ ਸੱਟ ਕਿਵੇਂ ਲਵਾਈ ਪਹਿਲਾਂ ਇਹ ਦੱਸੋ ਤੁਹਾਡੇ ਆਉਣ ਦੀ ਖੁਸ਼ੀ ਸੀ ਵਾਸ਼ਰੂਮ ਚ ਤੁਹਾਡੇ ਆਉਣ ਦੀ ਖੁਸ਼ੀ ਸੀ ਵਾਸ਼ਰੂਮ ਚ ਸਲਿੱਪ ਹੋ ਗਈ ਜੀ ਓਹੋ ਓਹੋ ਰੋਜ਼ ਨਾ ਆਇਆ ਕਰੋ ਯਾਰ ਰੋਜ਼ ਹੀ ਨਹਾਉਣੀ ਆ ਇਹ ਅੱਜ ਮਸਾਂ ਗਈ ਬਾਥਰੂਮ ਚ ਤਿਲਕ ਗਿਆ ਨਾ ਇੱਕ ਜੇ ਤੇਰੀ ਰੋਜ਼ ਜਾਵੇਂ ਤੈਨੂੰ ਪਤਾ ਤੂੰ ਨਾ ਤਿਲਕੇ ਇਹ ਖੁਸ਼ੀ ਚ ਵੀ ਅੱਜ ਦਾ ਨਾ ਚਲੋ ਕੋਈ ਨਹੀਂ ਜਲਦੀ ਜਲਦੀ ਠੀਕ ਹੋਵੋ ਤੇ ਇਹਦੇ ਲਈ ਬਹੁਤ ਸਾਰਾ ਥੈਂਕ ਯੂ ਯੂੰ ਤੋਂ ਹਮ ਕਿਸੀ ਕਾ ਪੀਛਾ ਕੀਆ ਨਹੀਂ ਕਰਤੇ ਜਬ ਬਾਥਰੂਮ ਕਾ ਕੀਆ ਫਿਰ ਹਮ ਗਿਰ ਗਏ ਦਰਦ ਦਿਲ ਦਿਲ ਦਰਦ ਦਿਲ ਦਿਲ ਦੀਆ ਔਰ ਲੀਆ ਨਹੀਂ ਕਰਤੇ ਇਤਫਾਕ ਕੀ ਬਾਤ ਹੈ ਕਿ ਇਹ ਦਿਲ ਤੁਮ ਪਰ ਆ ਗਿਆ ਰਵਨੀਤ ਜੀ ਮੈਂ ਇਤਨੀ ਕੀਮਤੀ ਚੀਜ਼ ਕਿਸੇ ਕੋ ਦੀਆ ਨਹੀਂ ਕਰਤੇ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ ਇੱਕ ਵਾਰ ਤਾਂ ਹਵਾਈ ਪੈਰ ਹੋਣ ਗਏ ਚਲੋ ਠੀਕ ਹੈ ਹੱਗ ਕਰਨਾ ਹੱਗ ਕਰ ਲਓ ਜੀ ਹੱਗ ਕਰ ਲਓ ਬਸ ਫੇਰ ਨਾ ਹੁਣ ਮੈਨੂੰ ਨਾ ਸੱਟਣੀ ਨਾਲ ਹੀ ਹਾਂਜੀ ਹਾਂਜੀ
ਗੋਡ ਬਲੈਸ ਯੂ ਤੇ ਬਹੁਤ ਸਾਰਾ ਪਿਆਰ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਹਾਂਜੀ ਕੀ ਸੁਣਾਓਗੇ ਸਾਨੂੰ ਕੀ ਸ਼ੌਂਕ ਕੀ ਹੈ ਤੁਹਾਡੇ ਸ਼ੌਂਕ ਸਾਰੇ ਰੱਖੀਦੇ ਨੇ ਸ਼ੌਂਕ ਸਾਰੇ ਰੱਖੀਦੇ ਨੇ ਹਾਂਜੀ ਸ਼ੌਂਕ ਕੇ ਸ਼ੌਂਕ ਸ਼ੌਂਕ ਜੀ ਮੇਰੀ ਪ੍ਰੋ
ਮਾਸੀ ਦੇ ਬੇਟੇ ਦਾ? ਹਾਂਜੀ। ਉਹ ਕਿੱਥੇ ਰਹਿੰਦੇ ਮਾਸੀ ਦਾ ਬੇਟਾ? ਪਿੰਡ ਥੰਮਣਗੜ ਹੈ ਜੀ, ਉੱਥੇ ਰਹਿੰਦੇ ਆ। ਵਧੀਆ ਵਿਆਹ ਕੀਤਾ ਉਹਨੇ? ਹਾਂਜੀ ਹਾਂਜੀ, ਬਹੁਤ ਵਧੀਆ ਪ੍ਰਬੰਧ ਸੀ। ਬਹੁਤ ਜਮਈ ਖੁਸ਼ ਹੋਈਏ ਵੀ। ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਫਿਰ ਲੱਡੂ ਪੂਰੇ ਗਏ ਅੰਦਰ? ਪੂਰੇ। ਜਲੇਬੀਆਂ? ਪੂਰੀਆਂ। ਰਸ ਮਲਾਈ? ਪੂਰੇ। ਬਰਫੀ? ਛੱਡਿਆ ਹੀ ਨੀ। ਕਿੰਨੇ ਦਿਨ ਪਹਿਲਾਂ ਵੜ ਗਏ ਉਹਨਾਂ ਦੇ ਘਰੇ? ਮਹੀਨਾ ਪਹਿਲਾਂ ਚੱਲ ਗਏ ਸੀ। ਮਹੀਨਾ ਪਹਿਲਾਂ? ਹਾਂ, ਫਿਰ ਮਸਾ ਹੁਣ ਵਿਆਹ ਆਉਂਦਾ, ਫਿਰ ਇੰਜੋਏ ਕਰੀਏ ਨਾ ਫੁੱਲ। ਹਾਂ ਪੂਰਾ 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 ਜਮਈ। ਚਲੋ ਵਧੀਆ। ਗਾਣ ਵੀ ਨਾਲ ਹਾਂ, ਫਿਰ ਰੱਜ ਕੇ ਖਾਓ, ਸੌਂ ਪੂਰੇ ਕਰੋ, ਖਾਓ ਹੈ ਨਾ। ਇਹ ਚੋਣੇ ਦਾ ਜ਼ਿੰਦਗੀ ਆਪੇ ਤੁਰ ਜਾਣਾ ਸਾਰਿਆਂ ਨੇ। ਜ਼ਿੰਦਗੀ ਚ ਆਇਆ ਜਾਣਾ ਵੀ ਹੈਗਾ, ਜਾਣਾ ਵੀ ਹੈਗਾ, ਸੱਚਾਈ ਹੈ। ਖਾ ਕੇ ਜਾਵਾਂਗੇ। ਹਾਂ, ਪੂਰਾ ਰੱਜ ਰੁੱਜ ਕੇ, ਭੁੱਖੇ ਨਹੀਂ ਜਾਂਦੇ, ਜਮੇ ਨਹੀਂ, ਜਮੇ ਨਹੀਂ। ਤੇ ਕੀ ਸੁਣਾਓਗੇ ਤੁਸੀਂ? ਜੋ ਕੁਛ ਕਹੋਗੇ ਉਹੀ ਸੁਣਾ ਦਿੰਨੀ। ਗਾਣਾ ਸੁਣਾਓ ਜਿਹੜਾ ਮਰਜ਼ੀ। ਦਿਲ ਚੀਜ ਹੈ ਕੀ ਸੱਜਣਾ, ਦਿਲ ਚੀਜ ਹੈ ਕੀ ਸੱਜਣਾ, ਇਹ ਜਾਨ ਵੀ ਤੇਰੀ ਹੈ, ਤੇਰੀ ਬਾਹਾਂ 'ਚ ਦਮ ਨਿਕਲੇ, ਤੇਰੀ ਬਾਹਾਂ 'ਚ ਦਮ ਨਿਕਲੇ, ਹਸਰਤ ਏ ਮੇਰੀ ਹੈ, ਦਿਲ ਚੀਜ ਹੈ ਕੀ ਸੱਜਣਾ। ਬਹੁਤ ਸੋਹਣੀ ਆਵਾਜ਼ ਜੀ, ਬਹੁਤ ਸੋਹਣੀ ਆਵਾਜ਼। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਬੱਲੇ ਬੱਲੇ ਬੱਲੇ, ਮੈਂ ਥੋੜ੍ਹਾ ਫੜਾ ਪਹਿਲਾਂ ਆਹ ਦੇਖ ਲਾਂ ਜੀ। ਆਹ ਫੜੋ ਇੱਕ ਮਿੰਟ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਚਾਰਾਂ ਨੇ ਬਣਾਇਆ ਰੰਗ? ਹਾਂਜੀ। ਉਹ ਮੁੰਡਾ ਜਿਹੜਾ ਸਭ ਤੋਂ ਸੋਹਣਾ, ਜਿਹੜਾ ਜਿਹਦੇ ਵਰਗਾ ਨਾ ਕੋਈ ਹੋਰ ਹੋਣਾ, ਜਿਹਦੀ ਬੜੀ ਸੋਹਣੀ ਚਾਲ ਹੈ, ਜਿਹਦੀ ਤੱਕਣੀ ਵੀ ਕਮਾਲ ਹੈ, ਜਿਹਦਾ ਹੁਸਨ ਜਦੋਂ ਹੱਸਦਾ ਫੁੱਲ ਖੇਡਦੇ ਨੇ, ਜਿਹਨੂੰ ਵੇਖ ਕੇ ਕੁੜੀਆਂ ਦੇ ਦਿਲ ਹਿੱਲਦੇ ਨੇ, ਜਿਹੜਾ ਰਾਂਝੇ ਵਾਂਗੂ ਲੱਗਦਾ ਹੈ, ਉਹ ਦੇ ਦੇ ਪੰਪ ਗੱਭਰੂ ਗਵਾਰ, ਜਦੋਂ ਪੰਪ ਤੋਂ ਹੋਰ ਲੋ ਭਰ ਗਿਆ, ਬਹੁਤ ਕੁਛ ਲਿਖਿਆ ਜੀ, ਚਾਰਾਂ ਨੇ ਰਲ ਕੇ ਬਣਾਇਆ ਜੀ। ਥੈਂਕ ਯੂ। ਥੈਂਕ ਯੂ ਥੈਂਕ ਯੂ, ਮੈਂ ਦੇਖੂਗਾ ਜੀ, ਦੇਖੂਗਾ। ਨਹੀਂ ਇੱਥੇ ਖੋਲੂਗੀ ਕੋਈ ਨਾ ਕੋਈ। ਸਾਰੀਆਂ ਫੋਟੋਆਂ ਤੁਸੀਂ ਡਾਊਨਲੋਡ ਕੀਤੀਆਂ ਸੀ? ਹਾਂਜੀ। ਮੈਨੂੰ ਲੱਗਦਾ ਤੁਸੀਂ ਧਰਤੀ 'ਤੇ ਡਾਊਨਲੋਡ ਹੀ ਹੋਈ ਹੈ। ਚਲੋ ਸਿਹਤ ਬਣਾਓ ਥੋੜੀ ਜੀ। ਕਾਲਜ ਦੇ ਵਿੱਚ ਅੱਜ ਕੁੜੀਆਂ ਹਜ਼ਾਰਾਂ, ਮੈਨੂੰ ਉਹਨਾਂ ਦੇ ਤਰੀਕੇ ਨਾ ਪਸੰਦ ਵੇ, ਗਿੱਟੀ ਕਦੀ ਪੋਨੀ ਪਾ ਕੇ ਟੋਪ ਨਾਲ ਜੀਨ ਪਾਵੇਂ, ਲੱਗਦੀਆਂ ਚੌਂਦ ਵੀ ਦਾ ਚੰਨ ਨੇ, ਉਹੀ ਕੁੜੀ ਕਰੂ ਸਾਡੇ ਦਿਲ ਵਿੱਚ ਕਰ, ਉਹੀ ਕੁੜੀ ਕਰੂ ਸਾਡੇ ਦਿਲ ਵਿੱਚ ਕਰ, ਜਿਹੜੀ ਸਾਧ ਜਿਹੀ ਸੂਟ ਯਾਰ ਪਾ ਕੇ ਆਉਂਦੀ ਆ, ਦਿਲ ਉਹਦੇ ਨਾਲ ਲਾਉਣਾ ਸਾਥੀ ਉਸ ਤਨ ਗੋਣਾ, ਗੁੱਤ ਹਾਲ ਵਿੱਚ ਮੰਮੀ ਤੱਕ ਰਾ ਕੇ ਆਉਂਦੀ ਆ, ਉਹਦੇ ਨਾਲ ਲਾਉਣਾ ਸਾਥੀ ਉਸ ਤਨ ਗੋਣਾ, ਗੁੱਤ ਹਾਲ ਵਿੱਚ ਬੇਬੇ ਤੱਕ ਰਾ ਕੇ ਆਉਂਦੀ ਆ। ਬਹੁਤ ਵਧੀਆ, ਥੈਂਕ ਯੂ ਸੋ ਮਚ। ਚਾਰਾਂ ਨੂੰ ਬਹੁਤ ਸਾਰੀ ਬਾਬਾ ਜੀ ਤਰੱਕੀ ਦੇਣ। ਆਜੋ ਜੀ ਆਜੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਵਧੀਆ ਜੀ, ਤੁਸੀਂ ਦੱਸੋ। ਨਾ ਮੋਟੀ ਨਾ ਛੋਟੀ ਪਰ ਪਾਈ ਜਵਾਕ ਦੀ ਕੋਟੀ, ਇਹ ਟ੍ਰੈਂਡ ਹੈ ਜੀ, ਜਵਾਕ ਦੀ ਨਹੀਂ ਹੈਗੀ ਮੇਰੀ ਹੈ। ਇਹ ਵੀ ਟ੍ਰੈਂਡ ਹੈ ਜੀ। ਹਾਂਜੀ, ਚਲੋ ਠੀਕ ਹੈ ਜੀ, ਠੀਕ ਹੈ ਠੀਕ ਹੈ। ਹੋਰ ਸੁਣਾਓ ਜੀ। ਵਧੀਆ ਜੀ, ਤੁਸੀਂ ਦੱਸੋ। ਕੀ ਨਾਂ ਤੁਹਾਡਾ? ਰਾਜਵੀਰ। ਰਾਜਵੀਰ ਜੀ, ਕੀ ਸ਼ੌਂਕ ਹੈ ਜੀ? ਸੌਂਗ ਤਾਂ ਬਸ ਗਾ ਗੂ ਲੈਂਦੇ ਹਾਂ ਜੀ। ਅੱਛਾ, ਗਾਓ ਜੀ ਫਿਰ, ਕਰੋ ਸੌਂਕ ਨੂੰ ਪੂਰਾ। ਨਹੀਂ ਜੀ, ਵੈਸੇ ਮੈਂ ਤੁਹਾਡੇ ਲਈ ਦੋ ਲਾਈਨਾਂ ਹੀ ਬੋਲਣੀਆਂ ਸੀ। ਹਾਂ ਸੁਣਾਓ ਜੀ, ਸੁਣਾਓ, ਦੋ ਲਾਈਨਾਂ ਸੁਣਾਓ ਜੀ। ਸੋਹਣਾ ਤੇ ਸੁਨੱਖਾ ਬੜਾ ਗੱਭਰੂ ਜਵਾਨ ਏ, ਸੋਹਣਾ ਤੇ ਸੁਨੱਖਾ ਬੜਾ ਗੱਭਰੂ ਜਵਾਨ ਏ, ਮਿੱਠੜੇ ਨੇ ਬੋਲ ਤੇ ਬੜਾ ਹਾਜ਼ਰ ਜਵਾਵੇਂ, ਮਿੱਠੜੇ ਨੇ ਬੋਲ ਤੇ ਬੜਾ ਹਾਜ਼ਰ ਜਵਾਵੇਂ, ਲੈ ਕੇ ਖੁਸ਼ੀਆਂ ਤੇ ਖੇੜੇ ਸਾਡੇ ਕਾਲਜ 'ਚ ਆਇਆ ਏ, ਰਵਨੀਤ ਤੂੰ ਸਾਰਿਆਂ ਦੇ ਦਿਲਾਂ 'ਤੇ ਛਾਇਆ ਏ, ਰਵਨੀਤ ਤੂੰ ਸਾਰਿਆਂ ਦੇ ਦਿਲਾਂ 'ਤੇ ਛਾਇਆ। ਹੈਲੋ ਜੀ, ਹੈਲੋ, ਧੰਨਵਾਦ ਜੀ, ਧੰਨਵਾਦ ਧੰਨਵਾਦ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਤਲਵਿੰਦਰਜੀਤ ਕੌਰ। ਤਲਵਿੰਦਰ? ਹਾਂਜੀ। ਤਲਵਿੰਦਰ ਕੀ ਸ਼ੌਂਕ ਹੈ ਤੁਹਾਡੇ? ਮੈਨੂੰ ਗਾਉਣਾ ਵੀ ਵਧੀਆ ਲੱਗਦਾ, ਡਾਂਸ ਵੀ, ਡਰਾਇੰਗ ਵੀ ਵਧੀਆ। ਡਰਾਇੰਗ ਵੀ ਵਧੀਆ? ਹਾਂਜੀ। ਓਕੇ ਓਕੇ, ਇੱਥੇ ਕਿਹੜੇ ਕਿਹੜੇ ਕੋਰਸ ਐਡਮਿਸ਼ਨ ਲਈ ਤੁਸੀਂ? ਬੀ ਐੱਸ ਸੀ ਸੈਕਿੰਡ ਈਅਰ 'ਚ। ਬੀ ਐੱਸ ਸੀ ਸੈਕਿੰਡ ਈਅਰ? ਹਾਂਜੀ। ਵੱਡੇ ਹੋ ਗਏ ਕੀ ਬਣੋਗੇ ਜੀ? ਸੁਪਨਾ, ਡ੍ਰੀਮ, ਇਸ ਲਾਈਨ 'ਚ ਜਾਣਾ? ਬਸ ਵਧੀਆ ਇਨਸਾਨ ਬਣਨਾ ਹੀ, ਬਾਕੀ ਤਾਂ ਬਣੇ ਜਾਵਾਂਗੇ। ਵਧੀਆ ਇਨਸਾਨ? ਚਲੋ ਠੀਕ ਹੈ ਜੀ, ਮਾਲਕ ਤੁਹਾਨੂੰ, ਤੁਸੀਂ ਵਧੀਆ ਜਿਹੜਾ ਇੰਨੀ ਵਧੀਆ ਸੋਚ ਲੈ ਕੇ ਚੱਲੇ ਹੋ ਜੀ, ਵਧੀਆ ਇਨਸਾਨ ਬਣੋਗੇ ਜ਼ਰੂਰ। ਹਾਂਜੀ।
ਤੇ ਕੀ ਸੁਣਾਓਗੇ ਸਾਨੂੰ? ਸੌਂਗ ਸੁਣਾਉਂਗੀ ਫਿਰ ਡਾਂਸ ਵੀ ਸਿਖਾਉਂਗੀ। ਫਿਰ ਡਾਂਸ ਵੀ ਕਰੋਗੇ? ਹਾਂਜੀ ਡਾਂਸ ਕਰੋਗੇ। ਸੋਮਾ ਜੀ ਗੋਡ ਬਲੈਸ ਯੂ, ਬਾਬਾ ਜੀ ਖੁਸ਼ ਰੱਖਣ। ਆਜੋ ਆਜੋ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਗਗਨਦੀਪ। ਗਗਨਦੀਪ, ਪਰਿਵਾਰ 'ਚ ਕੌਣ ਕੌਣ ਹੈ ਜੀ? ਮੰਮੀ, ਪਾਪਾ, ਬ੍ਰਦਰ, ਸਿਸਟਰ ਦੀ ਮੈਰਿਜ ਹੋ ਗਈ। ਦੀਦੀ ਬਹਿ ਗਏ ਜੀ? ਕਿੱਥੇ ਜੀ? ਬਠਿੰਡਾ। ਬਠਿੰਡੇ। ਭਾਈਆ ਜੀ ਕੀ ਕਰਦੇ ਤੁਹਾਡੇ? ਜੀਜਾ ਜੀ ਗੋਲਡ ਹੈ, ਗੋਲਡ ਦਾ ਕੰਮ ਹੈ, ਗੋਲਡ ਜਵੈਲਰੀ ਦਾ ਕੰਮ ਹੈ। ਬੱਲੇ ਬੱਲੇ ਸੁਨਿਆਰੇ। ਹਾਂਜੀ, ਚੜਾਈਏ ਤੁਹਾਡੇ ਨਾਲ। ਤੁਸੀਂ ਡਿਮਾਂਡ ਕਰਦੇ ਹੋ ਜੀਜਾ ਜੀ ਨੂੰ? ਹਾਂਜੀ। ਕਿਹੜੀ ਡਿਮਾਂਡ ਕੀਤੀ ਹੈ ਜੀ? ਕੁਛ ਵੀ ਨਹੀਂ ਦੱਸਾਂ। ਫਿਰ ਵੀ ਅਸੀਂ ਸਪੋਰਟ ਕਰੋ ਹਨਾ, ਨਵਾਂ ਨਵਾਂ ਤੁਹਾਡੀ ਜੀਜਾ ਤੁਹਾਡੀ ਦੀਦੀ ਜਿਹੜੀ ਮੈਰਿਜ ਹੋਈ ਹੈ ਹਨਾ ਜੀ, ਜੀਜਾ ਜੀ ਨੂੰ ਹੁਣ ਤੁਸੀਂ ਫੋਨ ਕਰਨਾ ਜੀ ਆਪਣੇ ਜੀਜਾ ਜੀ ਨੂੰ। ਹਾਂਜੀ, ਡਿਮਾਂਡ ਕਰਨੀ ਹੈ ਜੀ ਕੁਛ। ਠੀਕ ਹੈ ਜੀ, ਉਹ ਤੁਹਾਡੀ ਜੀਜਾ ਜੀ ਮੈਂ ਬਣਨਾ ਜੀ ਐਕਟ ਦੇ ਵਿੱਚ। ਠੀਕ ਹੈ ਜੀ, ਤੁਹਾਡਾ ਕੀ ਨਾਮ ਹੈ? ਗਗਨਦੀਪ। ਗਗਨਦੀਪ, ਉਹ ਸੁਨਿਆਰਾ ਹਨਾ, ਸੋਨੇ ਦਾ ਕੰਮ ਹੈ ਸੁਨਿਆਰੇ ਹੈ। ਹਾਂਜੀ, ਫਿਰ ਤਾਂ ਘੈਂਟ ਜੇ ਬਣ ਕੇ ਬਹਿੰਦੇ ਹੋਣਗੇ। ਐਂ ਬੈਠੇ ਹੁਣ ਤੁਹਾਡੇ ਜੀਜਾ ਜੀ ਹੈ ਜੀ, ਤੁਸੀਂ ਫੋਨ ਕਰੋ ਜੀ ਪਹਿਲਾਂ, ਪਹਿਲਾਂ ਰਿੰਗ ਲਾਓ ਜੀ। ਹੈਂ, ਹਾਂ ਕਰੀ ਚਲੋ, ਕਰੋ ਕਰੋ ਉੱਚੀ। ਇਹਦਾ ਫੋਨ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀਜੂ। ਹਾਂ ਹਾਂ, ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀਜੂ, ਕੁੱਤਾ ਜੀਜੂ। ਜੀਜੂ ਜੀ ਕਿਆ ਕਰੋ, ਮੈਂ ਪਾਲਿਆ? ਮੈਂ ਇਸ ਤਰ੍ਹਾਂ ਦਾ ਗੱਲ ਕਰਦੇ ਹੀ ਨਹੀਂ। ਅੱਛਾ ਜੀਜੂ ਜੀ ਦਾ ਕਹਿ ਦੋ ਫਿਰ, ਜੀਜੂ ਜੀ ਕਿਆ ਕਰੋ? ਜੀਜੂ ਜੀ, ਹਾਂਜੀ, ਕਿਵੇਂ ਹੋ? ਚੜ੍ਹਦੀ ਕਲਾ। ਹੋਰ ਹੋਰ ਦੱਸੋ। ਹੋਰ ਬਸ ਠੀਕ ਹੈ, ਦੱਸੋ। ਆਜੋ ਮਿਲ ਜੋ। ਅੱਛਾ, ਆਜੋ ਮਿਲ ਜੋ। ਤੂੰ ਇਹ ਦੱਸ ਵੀ ਚਾਹੀਦਾ ਕੀ ਤੈਨੂੰ? ਹੈ ਦੀਦੀ, ਤੁਸੀਂ ਤੇ ਦੀਦੀ ਮਿਲ ਜੋ, ਇਹ ਚਾਹੀਦਾ। ਅੱਛਾ, ਦੀਦੀ ਤੇ ਦੀਦੀ ਘਰੇ ਹੈ? ਘਰੇ ਜਾ ਕੇ ਗੱਲ ਕਰੋ ਵੀ ਤੁਸੀਂ ਆ ਜਾਓ। ਅੱਛਾ ਜੀ, ਕਿਉਂ ਅੱਜ ਕੀ ਬਣਾਇਆ ਜੀ? ਜਦੋਂ ਆਉਂਗੇ ਦੱਸ ਦਾਂਗੇ, ਬਣਾ ਦਾਂਗੇ। ਨਾ ਫਿਰ ਵੀ ਕੀ ਬਣਾਇਆ? ਜਦੋਂ ਤੁਸੀਂ ਮੰਗੋਗੇ ਜੋ ਆ ਜਾਓਗੇ ਤਾਂ ਬਣਾ ਦਾਂਗੇ। ਨਾ ਫਿਰ ਵੀ ਅਸੀਂ 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 ਤਾਂ ਦਾਲ ਹੀ ਖਵਾਉਣੀ ਤੁਸੀਂ ਉਹੀ। ਵੈਸੇ ਜੀਜੂ ਆ ਕੇ ਕੁਛ ਮੰਗਦੇ ਨਹੀਂਗੇ, ਜੋ ਵੀ ਬਣਿਆ ਹੁੰਦਾ ਉਹੀ ਖਾ ਲੈਂਦੇ ਆ। ਜੀਜੂ ਸਿਆਣਾ ਤੁਹਾਡਾ? ਬਹੁਤ ਸਿਆਣੇ ਆ। ਉਹ ਕਿਵੇਂ ਦੱਬ ਕੇ ਰੱਖਿਆ ਵਿਚਾਰਾ ਵੀ, ਖਾ ਖਾ ਕਾ ਦਾਲ ਬਣਾਈਏ, ਖਾ ਖਾ ਪਰੌਣਿਆ। ਉਹ ਵਿਚਾਰਾ ਉਹੀ ਖਾ ਲੈਂਦਾ ਵੀ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਲੀ ਕਾਲੀ ਸੀ, ਇਧਰਲੀ ਸਾਈਡ, ਇਧਰਲੀ ਸਾਈਡ, ਇਧਰ ਹੋ ਜੀ, ਇਹ ਸਾਈਡ ਆਪਣੀ ਹੈ। ਆਇਆ ਇਧਰ ਹੋ ਜਨੇ ਦੇਖੀ, ਇੱਥੇ ਤਾਂ ਮਹਾਪੁਰਸ਼ ਹੀ ਖੜਦੇ ਆ, ਪਤਾ ਸਦਾ ਕਿ ਮੈਂ ਖੜਦਾ, ਤਾਂ ਹੀ ਗੱਲਾਂ ਹੁੰਦੀਆਂ ਸਾਨੂੰ ਪਤਾ ਹੀ। ਚਲ ਚਲ ਇਧਰ ਆ, ਤੂੰ ਰਵਨੀਤ ਬਣ ਜਾ ਚੱਲ। ਅੱਛਾ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰੀਸ਼ੂ ਜੀ। ਰੀਸ਼ੂ? ਅੱਛਾ, ਮੈਂ ਨੀਸ਼ੂ। ਰੀਸ਼ੂ ਨਹੀਂ ਜੀ, ਰੀਸ਼ੂ। ਰੀਸ਼ੂ? ਹਾਂਜੀ। ਅੱਛਾ, ਮੈਂ ਰੀਸ਼ੂ ਖੜੀ ਆ, ਤੁਸੀਂ ਰਵਨੀਤ ਬਣਨਾ? ਨਾ ਜੀ, ਮੈਂ ਫਿਰ ਜਾ ਥਾਂ ਦੇ ਦੇ। ਨਾ ਜੀ, ਥਾਂ ਦੇ ਨਾ, ਬਹੁਤ ਜਿੱਦੀ ਹੈ ਜੀ। ਨਾ ਜੀ, ਜਿੱਦੀ ਤਾਂ ਵਾਲੇ ਆ ਜੀ। ਅੱਛਾ ਰੀਸ਼ੂ, ਹੋਰ ਸੁਣਾਓ। ਵਧੀਆ ਜੀ, ਤੁਸੀਂ ਦੱਸੋ। ਅੱਛਾ, ਵੈਸੇ ਸਾਰਿਆਂ ਨਾਲ ਮੈਂ ਗੱਲ ਕੀਤੀ, ਸਾਰਿਆਂ ਨੇ ਇਸ ਥਾਂ ਤੇ ਖੜਾਏ, ਤੁਸੀਂ ਇਸ ਥਾਂ ਤੇ ਕਿਉਂ ਆਏ? ਮੈਨੂੰ ਵਧੀਆ ਲੱਗੇ ਜੀ। ਮੈਂ ਨਹੀਂ ਜੀ, ਮੈਂ ਕਿਹਾ ਕੈਮਰੇ 'ਚ ਇੱਧਰਲੀ ਸਾਈਡ ਸੋਹਣੇ ਨਾ ਲੱਗਦੇ ਹੋ ਜੀ, ਤਾਂ ਜੀ ਮੈਨੂੰ ਲੱਗਿਆ ਜੀ, ਮੈਂ ਕਿਹਾ ਤੁਸੀਂ ਇੱਧਰ ਹੀ ਖੜੇ ਹੋ, ਪੱਕਾ ਇੱਧਰ ਸੋਹਣੇ ਲੱਗ ਰਹੇ ਹੋ ਜੀ। ਹਾਂਜੀ, ਇਹ ਵੀ ਅੱਜ ਪੱਪ ਕਰਕੇ ਆਈਏ ਕੋਣ ਆ ਗਏ? ਸੱਚੀ ਮੈਂ ਤਾਂ ਹੀ ਕਰਕੇ ਆਈ ਸੀ, ਮੈਂ ਕਿਹਾ ਨਹੀਂ ਤੁਸੀਂ ਪੱਪ ਤਾਂ ਇੰਨੇ ਕਮੈਂਟ ਮਾਰਦੇ, ਮੈਂ ਕਿਹਾ ਕਰਨਾ ਹੀ ਪੱਪ ਆਈ, ਸੱਚੀ ਇਸ ਲਈ ਪੱਪ ਕਰਕੇ ਇੱਕ ਮਿੰਟ ਮਾਰਦੇ। ਹਾਂਜੀ, ਚਲੋ ਵਧੀਆ। ਹੋਰ ਸ਼ੌਂਕ? ਥੈਂਕ ਯੂ ਕਮੈਂਟ ਕਰਨ ਲਈ, ਥੈਂਕ ਯੂ ਕਮੈਂਟ ਕਰਨ ਲਈ। ਹੋਰ ਸ਼ੌਂਕ ਜੀ? ਸ਼ੌਂਕ ਬਹੁਤ ਹੈ ਜੀ, ਸਿੰਗਿੰਗ ਵਧੀਆ। ਸੁਣਾਓ ਜੀ, ਸੁਣਾਓ। ਮੇਰੇ ਫਰੈਂਡ ਹੈ ਇੱਕ, ਉਹਨੇ ਨਾਲ ਗਾਣਾ ਗਾ ਸਕਦੀ। ਸਾਧ ਲਓ, ਆਇਆ 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 ਹੈਰੀ। ਓ ਪਾਪਾ, ਹੋਰ ਜੀ ਮੈਂ ਵੀ ਕਹਾਂ ਜਿਹਨੂੰ ਆਉਣ 'ਚ ਪੌਣਾ ਘੰਟਾ ਲੱਗ ਗਿਆ, ਫਰੈਂਡ ਤਾਂ ਇਹੋ ਜਿਹੇ ਹੋ। ਹੋਰ ਜੀ। ਹਾਂਜੀ ਪ੍ਰਧਾਨ ਸਾਹਿਬ ਜੀ, ਕੋਈ ਭਾਂਡਾ ਭੱਜ ਗਿਆ ਏ ਜੀ, ਕੋਈ ਸਾਰੇ ਭੱਜ ਗਏ ਜੀ ਭਾਂਡੇ, ਭੱਜ ਗਿਆ ਏ ਸਾਡਾ ਦਿਲ, ਤੂੰ ਤੋੜਿਆ ਤੇ ਨਾ ਲੇਖਾਂ ਦਾ ਲੱਗ ਗਿਆ ਏ, ਤੇ ਨਾ ਲੇਖਾਂ ਦਾ ਲੱਗ ਗਿਆ ਜੀ, ਲੱਗੇ ਦਾਜ ਮੈਨੂੰ ਦੁੱਖ ਕੋਈ ਨਾ, ਕਿਉਂ ਸੁਖੀ ਸਾਂਦੀ ਮੈਂ ਰੋਵਾਂ, ਕਿਉਂ ਸੁਖੀ ਸਾਂਦੀ ਮੈਂ ਰੋਵਾਂ, ਜਿਦੋ ਬੂਟੇ ਦਿਲ ਦੇ ਨੇ, ਜਿਦੋ ਬੂਟੇ ਦਿਲ ਦੇ ਨੇ, ਸੱਜਣਾ ਨੂੰ ਕਹਿੰਦੇ ਕੀ ਹੈ ਜੀ, ਉਹ ਕਾਲੇ ਦਿਲ ਦੇ ਨੇ ਜੀ, ਉਹ ਕਾਲੇ ਦਿਲ ਦੇ। ਬਹੁਤ ਵਧੀਆ ਗਾਇਕਾ ਜੋੜੀ, ਮਿਸਟਰ ਭਲਵਾਨ ਤੇ ਬੀਬੀ ਭਲਵਾਨੀ। ਚਲੋ ਜੀ ਆਪਾਂ ਇੱਧਰ ਹੀ ਖੱਪ ਕਰਾਂਗੇ ਹੁਣ, ਮੇਰਾ ਜੋ ਕਹਿੰਦੇ ਛੋਟੇ ਜਿਹੇ ਬ੍ਰੇਕ ਦਾ ਸੁਣੋ ਜੀ।
अच्छा गा गा ब्रेक दोबारा लेने जी हाँ जी चलो चलो ਪ੍ਰਿੰਸੀਪਲ ਸੀਗੇ ਜੀ ਤੇ ਹੁਣ ਸਰ ਨੇ ਇੱਥੋਂ ਦੀ ਕਮਾਂਡ ਸਾਂਭੀ ਹੈ ਸਰ ਕਿੱਦਾਂ ਦਾ ਲੱਗਿਆ ਜੀ ਇਹ ਕਾਲਜ ਬਹੁਤ ਅੱਛਾ ਕਾਲਜ ਹੈ ਬੱਚੀਆਂ ਬੜੀਆਂ ਬੀਬੀਆਂ ਬੱਚੀਆਂ ਵਾ ਔਰ ਟੀਚਰ ਬੜੇ ਕੁਆਲੀਫਾਈਡ ਆ ਓਕੇ ਜੀ ਤੇ ਸਟਾਫ ਨਾਲ ਬਹੁਤ ਹੀ ਅੱਛੇ ਸਟਾਫ ਆ ਬਹੁਤ ਔਰ ਵੈਲ ਕੁਆਲੀਫਾਈਡ ਆ ਓਕੇ ਜੀ ਸਰ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਇਹ ਨਸ਼ਿਆਂ ਤੋਂ ਆਪਾਂ ਸਮਾਜ ਨੂੰ ਪਰੇ ਰੱਖਣਾ ਚਾਹੀਦਾ ਹੈ ਅਤੇ ਇਸ ਤੋਂ ਬਿਨਾਂ ਅਸੀਂ ਉਹ ਕੰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਨੇਸ਼ਨ ਬਿਲਡਿੰਗ ਹੋਵੇ ਔਰ ਸਮਾਜ ਦੇ ਵਿੱਚ ਤੁਹਾਡਾ ਨਾਮ ਉੱਚਾ ਹੋਵੇ ਕਾਲਜ ਦਾ ਨਾਮ ਉੱਚਾ ਹੋਵੇ ਅਤੇ ਤੁਹਾਡੇ ਪੇਰੈਂਟਸ ਦਾ ਨਾਮ ਉੱਚਾ ਹੋਵੇ ਥੈਂਕ ਯੂ ਸੋ ਮੱਚ ਜੀ ਸਰ ਬਹੁਤ ਵਧੀਆ ਲੱਗਿਆ ਜੀ ਕਾਲਜ ਦੇ ਵਿੱਚ ਆ ਕੇ ਦੂਜੀ ਵਾਰ ਦਰਸ਼ਨ ਕਰਕੇ ਤੁਹਾਡੇ ਅਤੇ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਮੈਂ MH1 ਦਾ ਬਹੁਤ ਆਭਾਰੀ ਹਾਂ MH1 ਜਿਹੜਾ ਬੱਚਿਆਂ ਨੂੰ ਯੂਥ ਨੂੰ ਜਿਹੜਾ ਵਾ ਯੂਥ ਦੇ ਵਿੱਚ ਕੌਨਫੀਡੈਂਸ ਲਿਆਉਣ ਦੇ ਲਈ ਔਰ ਯੂਥ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਸਾਲ ਡੇਢ ਸਾਲ ਤੋਂ ਇਹ ਪ੍ਰੋਗਰਾਮ ਜਿਹੜਾ ਚਲਾ ਰਿਹਾ ਕੰਟੀਨਿਊ ਮੰਡੀਰ ਇਹ ਵਾਕਿਆ ਹੀ ਵਧਾਈ ਦੇ ਹੱਕਦਾਰ ਆ ਇਹਨਾਂ ਦੇ ਡਾਇਰੈਕਟਰ ਸਾਹਿਬ ਵਧਾਈ ਦੇ ਹੱਕਦਾਰ ਆ MH1 ਵਧਾਈ ਦਾ ਹੱਕਦਾਰ ਥੈਂਕ ਯੂ ਸੋ ਮੱਚ ਸਰ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਠੀਕ ਠਾਕ ਤੁਹਾਡਾ ਸ਼ੁਭ ਨਾਮ ਜੀ ਹਰਕੀਰਤ ਕੌਰ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਮੈਂ ਡਿਪਾਰਟਮੈਂਟ ਆਫ ਮੈਥਮੈਟਿਕਸ ਮੈਥਮੈਟਿਕਸ ਟੀਚ ਕਰਦੀ ਹਾਂ ਮੈਥ ਵਾਲੇ ਹਾਂਜੀ ਮੈਨੂੰ ਤਾਂ ਹੀ ਲੱਗਿਆ ਜੀ ਵੀ ਜਿਹੜੀ ਤੁਹਾਡੀ ਬਿੰਦੀ ਹੈ ਹਾਂਜੀ ਇਹ ਅਲਜੈਬਰਾ ਜੇ ਵਾਂਗੂ ਐ ਜੇ ਐ ਟੀਚਿੰਗ ਲਾਈਨ ਦੇ ਵਿੱਚ ਸਫ਼ਰ ਕਿੱਦਾਂ ਦਾ ਰਿਹਾ ਜੀ ਬਹੁਤ ਵਧੀਆ ਰਿਹਾ ਮਤਲਬ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਕਾਲਜ ਦੇ ਵਿੱਚ ਟੀਚ ਕਰਦਾ ਹੈ ਟੀਚਰ ਤਾਂ ਉਹ ਕਦੇ ਵੀ ਬੁੱਢਾ ਨਹੀਂ ਹੁੰਦਾ ਹਮੇਸ਼ਾ ਜਵਾਨ ਰਹਿੰਦਾ ਹਾਂ ਉਹਦਾ ਬਿੰਦੀ ਵੀ ਦੱਸਦੀ ਹੈ ਹਾਂਜੀ ਤੇ ਜਦੋਂ ਤੁਸੀਂ ਪੜ੍ਹਦੇ ਸੀਗੇ ਜੀ ਹਾਂਜੀ ਤੁਸੀਂ ਪਾਰਟਿਸਿਪੇਟ ਕਰਦੇ ਹੁੰਦੇ ਸੀਗੇ ਜੀ ਗਿੱਧਾ ਹਾਂਜੀ ਹਾਂਜੀ ਗਿੱਧੇ ਚ ਕਰਦੀ ਸੀ ਕੁਝ ਗਾਣਾ ਥੋੜਾ ਜਿਹਾ ਬੋਲੀ ਟੱਪਾ ਜੀ ਹਾਂਜੀ ਹਾਂਜੀ ਕਰ ਦੋ ਜੀ ਪੇਸ਼ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ ਦੇਸ਼ ਪਰਤਣਗੇ ਆਪਣੇ ਉਹ ਜਿਸ ਦਿਨ ਕਦੀ ਕੁਝ ਤਾਂ ਸੇਖਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਬਹੁਤ ਵਧੀਆ ਜੀ ਮੈਥ ਵਾਲੇ ਮੈਡਮ ਬਹੁਤ ਵਧੀਆ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਸ਼ੁਭ ਨਾਮ ਰਾਜਨਦੀਪ ਰਾਜਨ ਮੈਮ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਮੈਂ ਕਾਮਰਸ ਕਾਮਰਸ ਵਾਲੇ ਠੀਕ ਹੈ ਜੀ ਠੀਕ ਹੈ ਅਤੇ ਹੋਰ ਸੁਣਾਓ ਜੀ ਨਵੀਂ ਤਾਜੀ ਕਿਵੇਂ ਚੱਲ ਰਹੀ ਜੀ ਲਾਈਫ ਬਹੁਤ ਅੱਛੀ ਘਰ ਪਰਿਵਾਰ 'ਚ ਕੌਣ ਕੌਣ ਹੈ ਜੀ ਮੇਰੇ ਮਦਰ ਇਨ ਲਾਅ ਫਾਦਰ ਇਨ ਲਾਅ ਓਕੇ ਜੀ ਮੇਰੇ ਹਸਬੈਂਡ ਓਕੇ ਜੀ ਓਕੇ ਬਸ ਅਤੇ ਮੈਂ ਹਾਂਜੀ ਹਾਂਜੀ ਤੁਸੀਂ ਹੈਗੇ ਤੁਹਾਡੇ ਕੀ ਸ਼ੌਂਕ ਨੇ ਜੀ ਮੇਰਾ ਸ਼ੌਂਕ ਗਾਣੇ ਬੋਲਣਾ ਹਾਂਜੀ ਅੱਛਾ ਹੁਣ ਸਾਨੂੰ ਕੀ ਸੁਣਾਓਗੇ ਜੀ ਮੈਂ ਅੰਮ੍ਰਿਤਸਰ ਦੇ ਪਾਪੜ ਠੀਕ ਹੈ ਜੀ ਠੀਕ ਹੈ ਸੁਣਾਓ ਜੀ ਸੁਣਾਓ ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਤੂੰ ਕਰੇ ਨਾ ਆਕੜ ਵੇ ਮੈਂ ਸੈਂਦੀ ਨਾ ਇਹ ਹੁਣ ਕਿਹਨੂੰ ਕਹਿਣਾ ਚਨਾ ਮੈਂ ਆਪਣੇ ਹਸਬੰਦ ਨੂੰ ਹਾਂਜੀ ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਤੂੰ ਕਰੇ ਨਾ ਆਕੜ ਵੇ ਮੈਂ ਸੈਂਦੀ ਨਾ ਚਨਾ ਚਨਾ ਕਿ ਤੇਰੀ ਬੋਤੀ ਮੇਰੇ ਹੱਥ ਬਸ ਠੀਕ ਹੈ ਮੈਂ ਨਾਲ ਨਾਲ ਪੁੱਛੀ ਜਾਣਾ ਜੀ ਹਾਂ ਤਾਂ ਕਿ ਮੈਨੂੰ ਪਤਾ ਲੱਗੇ ਵੀ ਬਹੁਤ ਅੱਛਾ ਹਾਂਜੀ ਤੇਰੀ ਬੋਦੀ ਮੇਰੇ ਹੱਥ ਮੇਰੀ ਗੁੱਤ ਤੇਰੇ ਹੱਥ ਜੇ ਤੂੰ ਰੱਖਣਾ ਏ ਰੱਖ ਜੇ ਤੂੰ ਕੱਢਣਾ ਏ ਕੱਢ ਮੈਂ ਹੀ ਉਹ ਤੇਰੇ ਨਾਲ ਵਸੀਆਂ ਵੇ ਹੋਰ ਕੋਈ ਵਸੇ ਵੀ ਨਾ ਮੈਂ ਹੀ ਉਹ ਤੇਰੇ ਨਾਲ ਕੱਟੀਆਂ ਵੇ ਹੋਰ ਕੋਈ ਕੱਟੇ ਵੀ ਨਾ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਹਰਪ੍ਰੀਤ। ਹਰਪ੍ਰੀਤ ਮੈਮ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮੈਂ ਮੈਥ। ਮੈਥ ਵਾਲੇ? ਹਾਂਜੀ। ਉਹ ਵੀ ਮੈਥ ਵਾਲੇ ਸੀਗੇ ਨਾ ਮੈਡਮ? ਹਾਂਜੀ। ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆ ਕਿੰਨਾ ਨੇ ਲੈ ਜਾਣੀਆ ਹਾਏ ਵੇ ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆ ਕਿੰਨਾ ਨੇ ਲੈ ਜਾਣੀਆ ਛੋਲੇ ਬਾਬਰ ਤੇਰੇ ਮੈਲਾਂ ਵਿੱਚੋਂ ਸੱਤ ਰੰਗੀਆ ਕਬੂਤਰ ਬੋਲੇ ਲੋਈ ਬਾਬਰ ਤੇਰੇ ਮੈਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ। ਸੋ ਮੈਂ ਤੁਹਾਨੂੰ ਦੱਸਦਾ ਜੀ, ਇਹਨਾਂ ਦੇ ਬੇਟੀ ਪਹਿਲਾਂ ਆਏ ਸੀਗੇ ਅਤੇ ਹੈ ਨਾ, ਉੱਥੋਂ ਪਤਾ ਲੱਗਿਆ ਵੀ ਇਹ ਤਾਂ ਸਾਡੇ ਰਿਸ਼ਤੇਦਾਰ ਨਿਕਲੇ ਜੀ, ਮੇਰੇ ਮਾਸੜ ਜੀ ਦੇ ਭਰਜਾਈ ਜੀ। ਤੁਸੀਂ ਭਰਜਾਈ ਲੱਗੇ ਹੈ ਨਾ ਜੀ? ਹਾਂਜੀ ਹਾਂਜੀ। ਅਤੇ ਹੋਰ ਸੁਣਾਓ ਜੀ? ਬਹੁਤ ਵਧੀਆ ਬੇਟੀ। ਅੰਕਲ ਜੀ ਦਾ ਕੀ ਹਾਲ ਚਾਲ ਹੈ ਜੀ? ਵਧੀਆ। ਚੜ੍ਹਦੀ ਕਲਾ ਜੀ? ਹਾਂਜੀ ਹਾਂਜੀ। ਓਕੇ ਓਕੇ। ਘਰ ਪਰਿਵਾਰ ਰਾਜੀ ਹੋ ਜੀ? ਠੀਕ ਹੈ ਜੀ। ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਮੈਂ ਉਹਨਾਂ ਦਾ ਸਾਡੀ ਰਿਸ਼ਤੇਦਾਰੀ ਹੈ? ਨਹੀਂ ਪਤਾ ਨਹੀਂ ਸੀ। ਪਤਾ ਤਾਂ ਹੋਊ, ਦੱਸਿਆ ਨਹੀਂ ਠੀਕ ਹੈ। ਮੈਂ ਸ਼ਰਾਰਤੀ ਬੱਚਾ, ਤੁਸੀਂ ਪੜ੍ਹਾਉਣਾ ਜੀ? ਸੋਹਣਾ ਮੁੰਡਾ ਭੁਲੇਖੇ ਪੈਂਦੇ ਰਹਿੰਦੇ ਆ। ਕਿਤੇ ਨਹੀਂ ਦੇਖਿਆ ਜੀ, ਪਹਿਲਾ ਦਿਨ ਹੀ ਹੈ ਜੀ। ਅੱਛਾ ਜੀ। ਕਿਹੜੇ ਸਬਜੈਕਟਸ ਲੈਣੇ ਸੀ? ਮੈਮ ਇੱਕ ਤਾਂ ਤੁਹਾਡੇ ਵਾਲਾ ਲੈਣਾ ਸੀ ਫਿਜ਼ਿਕਸ। ਅੱਛਾ। ਹਾਂਜੀ ਹਾਂਜੀ। ਜਦੋਂ ਮੈਂ ਐਡਮਿਸ਼ਨ ਕਰਾਉਣਾ ਵਾਂ ਜੀ, ਮੈਂ ਜਦੋਂ ਐਡਮਿਸ਼ਨ ਕਰਾਉਣਾ ਆਉਂਦਾ ਸੀ ਆਪਣੇ ਨਾਲ ਜੀ, ਡੈਡੀ ਵੀ ਨਾਲ ਸੀਗੇ। ਡੈਡੀ ਕਹਿੰਦੇ ਵੀ ਕੀ ਪੜ੍ਹੇਗਾ, ਕਿੱਥੋਂ ਪੜ੍ਹੇਗਾ? ਮੈਨੂੰ ਤੁਸੀਂ ਦੇਖਿਆ ਜੀ ਹੈ ਨਾ, ਤੁਸੀਂ ਗੱਡੀ 'ਚ ਆਉਂਦੇ ਸੀ, ਐਨਕਾਂ ਲਾ ਕੇ, ਮੈਂ ਕਿਹਾ ਆਹ ਮੈਡਮ ਕੋਲੋਂ ਕਰੂੰ, ਆਹ ਮੈਡਮ ਕੋਲੋਂ। ਹਾਂਜੀ ਹਾਂਜੀ ਹਾਂਜੀ। ਅੱਛਾ, ਫਿਰ ਸਬਜੈਕਟ ਕਿਹਨੇ ਦੱਸਿਆ? ਨਾਲ ਉਹਨੇ ਰਿੰਕੂ। ਅੱਛਾ। ਰਿੰਕੂ ਪੜ੍ਹਦਾ, ਰਿੰਕੂ ਨੇ ਦੱਸਿਆ ਵੀ ਆਹ ਮੈਡਮ ਫਿਜ਼ਿਕਸ ਪੜ੍ਹਾਉਂਦੀ ਹੈ, ਮੈਂ ਫਿਜ਼ਿਕਸ ਪੜ੍ਹਾਂਗੇ। ਠੀਕ ਹੈ। ਕਈ ਵਾਰੀ ਇਹ ਹੁੰਦਾ ਜੀ ਹੈ ਨਾ ਵੀ ਵੀ ਸਬਜੈਕਟ 'ਚ ਭਾਵੇਂ ਧਿਆਨ ਨਾ ਹੋਵੇ, ਹੋਵੇ ਭਾਵੇਂ ਨਾ ਹੋਵੇ, ਮੈਡਮ ਸੋਹਣੀ ਹੋਵੇ ਬੰਦਾ ਪੜ੍ਹ ਹੀ ਜਾਂਦਾ ਜੀ। ਬਹੁਤ ਜ਼ਿਆਦਾ ਖੁਸ਼
ਚਲੋ ਠੀਕ ਹੈ ਜੀ, ਬਹੁਤ ਸਫ਼ਰ ਵਧੀਆ ਲੰਘ ਰਿਹਾ ਜੀ। ਹਾਂਜੀ ਬਹੁਤ। ਕੀ ਸੁਣਾਓਗੇ ਸਾਨੂੰ, ਤੁਹਾਡੀ ਸ਼ੌਂਕ ਜੀ? ਮੇਰਾ ਸਬਜੈਕਟ ਹੀ ਮਿਊਜ਼ਿਕ ਆ। ਮਿਊਜ਼ਿਕ? ਹਾਂਜੀ ਮਿਊਜ਼ਿਕ। ਤੁਸੀਂ ਦੱਸ ਸੁਣਾਓ ਜੀ। ਅਤੇ ਫਿਰ ਮੈਂ ਮਿਊਜ਼ਿਕ ਦੇ ਬਸ। ਜ਼ਰੂਰ ਜ਼ਰੂਰ ਸੁਣਾਓ ਜੀ। ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਨੀ ਰੱਬ ਕਰੇ ਮੈਂ ਮਰ ਜਾਵਾਂ। ਦੁਨੀਆ ਤੋਂ ਡਰ ਕੇ ਜੇ ਹੈ ਨੀ ਤੈਨੂੰ ਛੱਡ ਜਾਵਾਂ, ਨੀ ਰੱਬ ਕਰੇ ਮੈਂ ਮਰ ਜਾਵਾਂ। ਹੋ ਨੀ ਅੱਲਾ ਕਰੇ ਮੈਂ ਮਰ ਜਾਵਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਜੀ? ਕਰਮਜੀਤ ਕੌਰ। ਕਰਮਜੀਤ ਮੈਮ, ਕੀ ਪੜ੍ਹਾਉਂਦੇ ਜੀ ਇੱਥੇ? ਕਾਮਰਸ। ਕਾਮਰਸ? ਹਾਂਜੀ। ਓਕੇ ਜੀ, ਓਕੇ ਜੀ। ਕਿੰਨਾ ਚਿਰ ਹੋ ਗਿਆ ਪੜ੍ਹਾਉਂਦੇ ਨੂੰ? ਮੈਂ ਅਸੀਂ ਮਤਲਬ ਕਿ ਇਸ ਸੈਸ਼ਨ ਤੋਂ ਆਈ ਹਾਂ। ਅੱਛਾ, ਹੁਣੇ ਆਏ ਹੋ ਜੀ? ਹਾਂਜੀ। ਅਤੇ ਪੜ੍ਹਦੇ ਕਿੱਥੇ ਸੀਗੇ ਜੀ? ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਕਿਹੜੇ ਕਾਲਜ? ਖਾਲਸਾ ਕਾਲਜ। ਅਨੰਦਪੁਰ ਸਾਹਿਬ? ਹਾਂਜੀ। ਓਕੇ, ਓਕੇ। ਕਿਹੜੇ ਸਬਜੈਕਟ ਸੀਗੇ ਉੱਥੇ ਤੁਹਾਡੇ ਕੋਲ? ਉੱਥੇ ਕਾਮਰਸ ਪੜ੍ਹੀ ਸੀ ਮੈਂ। ਕਾਮਰਸ? ਪੰਜਾਬੀ ਕੌਣ ਪੜ੍ਹਾਉਂਦਾ ਸੀ ਉੱਥੇ? ਪਤਾ, ਤੁਹਾਡੇ ਪੇਰੈਂਟ ਉੱਥੇ? ਪੇਰੈਂਟਸ? ਡੈਡੀ? ਹਾਂਜੀ ਹਾਂਜੀ ਹਾਂਜੀ। ਅੱਛਾ, ਤੁਹਾਨੂੰ ਪਤਾ ਸੀਗਾ ਵੀ ਉਹ ਪੜ੍ਹਾਉਂਦੇ? ਕਿੱਦਾਂ ਦਾ ਸੁਭਾਅ ਉਹਨਾਂ ਦਾ, ਸੱਚ ਦੱਸਿਓ। ਨਹੀਂ, ਬੱਚੇ ਡਰਦੇ ਆ ਨਾ ਤਾਂ। ਹਾਂਜੀ, ਬੱਚੇ ਕੀ ਉਹਨਾਂ ਦਾ, ਆਪਣਾ ਬੱਚਾ ਡਰੀ ਜਾਂਦਾ ਉਹਨਾਂ ਤੋਂ। ਅੱਛਾ ਅੱਛਾ, ਵਧੀਆ ਪੜ੍ਹਾਉਂਦੇ ਵੈਸੇ? ਹਾਂਜੀ, ਵਧੀਆ ਪੜ੍ਹਾਉਂਦੇ। ਅੱਛਾ ਜੀ, ਘਰੇ ਵੀ ਬਹੁਤ ਵਧੀਆ ਪੜ੍ਹਾਉਂਦੇ? ਉਹਨਾਂ ਨੇ ਪੜ੍ਹਾਏ ਹੋਏ ਆ, ਬਸ ਕਦੇ ਕਦੇ ਮੋਢਾ ਦੁੱਖ ਜਾਂਦਾ ਕਦੇ। ਠੀਕ ਹੈ ਜੀ, ਠੀਕ ਹੈ, ਚਲੋ ਵਧੀਆ ਲੱਗਿਆ ਜੀ। ਮੈਂ ਦੇਖਦੇ ਹੋਣਗੇ ਟੀ ਵੀ, ਉਹਨਾਂ ਨੂੰ ਵੀ ਖੁਸ਼ੀ ਹੋਊਗਾ ਨਾ ਕਿ ਮੇਰੇ ਸਟੂਡੈਂਟ ਇੱਥੇ ਪੜ੍ਹਾਉਣ ਲੱਗ ਗਏ। ਅਤੇ ਥੈਂਕ ਯੂ ਸੋ ਮਚ ਜੀ, ਵਧੀਆ ਲੱਗਿਆ ਜੀ ਗੱਲ ਕਰਕੇ। ਤੁਹਾਡੇ ਲਈ ਗਿਫਟ ਹੈ। ਤੁਸੀਂ ਬਣਾਇਆ ਜੀ ਇਹ ਵੀ? ਹਾਂਜੀ। ਬਹੁਤ ਸੋਹਣੀ ਕਲਾ, ਬਹੁਤ ਸੋਹਣੀ ਆਰਟ, ਆਹ ਦੇਖੋ। ਸੋ ਇਹ ਜਿਹੜੀ ਤੁਹਾਡੀ ਆਰਟ ਹੈ ਜੀ, ਪੜ੍ਹਾਉਣ ਦੇ ਨਾਲ ਨਾਲ ਇਹ ਬਾਬਾ ਜੀ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਮੈਡਮ ਜੀ, ਇਹਦਾ ਕੋਈ ਮੁੱਲ ਨਹੀਂ। ਥੈਂਕ ਯੂ ਸੋ ਮਚ, ਇੰਨੇ ਪਿਆਰ ਲਈ, ਇੰਨੇ ਸਤਿਕਾਰ ਲਈ। ਤੁਸੀਂ ਆਓ ਜੀ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ ਜੀ? ਮੈਂ ਸਤਿੰਦਰ। ਸਤਿੰਦਰ ਮੈਮ, ਕੀ ਪੜ੍ਹਾਉਂਦੇ ਜੀ? ਮੈਂ ਪੰਜਾਬੀ ਪੜ੍ਹਾਉਂਦੀ ਹਾਂ। ਪੰਜਾਬੀ ਦੇ? ਹਾਂ। ਠੀਕ ਹੈ, ਠੀਕ ਹੈ। ਤੁਸੀਂ ਆਪ ਕਿੱਥੋਂ ਪੜ੍ਹੇ ਹੋ ਜੀ? ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਰੈਗੂਲਰ? ਰੈਗੂਲਰ। ਕਿਹੜੇ ਸਾਲ 'ਚ ਜੀ? ਮੈਂ 98 ਦੇ ਵਿੱਚ MA ਕਰੀ ਹੈ ਤੇ 2005 2005 ਦੇ ਵਿੱਚ ਮੈਂ PhD ਪਾਸ ਹਾਂ। ਓਕੇ ਓਕੇ, ਬਹੁਤ ਵਧੀਆ। ਪੰਜਾਬੀ ਵਾਲੇ ਮੋਹਰੀ ਹੁੰਦੇ ਸੀਗੇ ਜੀ, ਥੀਏਟਰ ਦੇ ਵਿੱਚ ਵੀ ਜਾਂ ਗਿੱਧੇ ਦੇ ਵਿੱਚ ਵੀ ਜਾਂ ਖਣਗੇ, ਕਿਉਂਕਿ ਕਲਾ ਦੇ ਨਾਲੇ ਮੈਨੂੰ ਹੁੰਦਾ ਜੀ ਪ੍ਰੇਮ। ਤੁਸੀਂ ਸੀਗੇ ਜੀ? ਹਾਂ, ਗਿੱਧੇ ਦੇ ਵਿੱਚ ਸੀਗੇ। ਗਿੱਧੇ ਦੇ ਵਿੱਚ? ਹਾਂ। ਇੱਕ ਟੱਪਾ ਬੋਲੀ ਪਾਓਗੇ ਜਾਂ ਇੱਕ ਹੁਣ ਗਿੱਧੇ ਦਾ ਸਟੈਪ ਕਰਕੇ ਦੱਸੋਗੇ? ਨਹੀਂ, ਬੋਲੀ ਪਾ ਦਿੰਦੀ ਹਾਂ, ਤੁਹਾਡੇ 'ਤੇ ਪਾ ਦਿੰਦੀ ਹਾਂ। ਅੱਛਾ ਜੀ, ਫਿਰ ਤਾਂ ਪੱਕੇ ਪੰਜਾਬੀ ਵਾਲੇ। ਸ਼ਰਾਰਤੀ ਹੋ ਤੁਸੀਂ, ਬਹੁਤ ਸ਼ਰਾਰਤੀ ਹੋ ਨਾ, ਬਹੁਤ ਸ਼ਰਾਰਤੀ, ਬਹੁਤ ਨੌਟੀ। ਹਾਂ ਹਾਂ ਹਾਂ, ਫਿਰ ਉਹ ਕਹਿੰਦੇ ਤਾਵੇ 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 ਤੇਰੇ ਵਰਗੀ ਦੇ ਤੱਤਾ ਖੁਰਚਣ ਲਾ। ਤੇ ਖੁਰਚਣ ਲਾਉਣ ਜੋਗੇ ਹੋ ਤੁਸੀਂ, ਹੈ? ਹਾਂ ਤੇ ਚਲੋ, ਜਦੋਂ ਬਾਬਾ ਜੀ ਨੂੰ ਹੋਇਆ ਜੀ ਮਨਜ਼ੂਰ, ਸਭ ਦੇ ਜੀਵਨ ਦੇ ਵਿੱਚ ਤੱਤੇ ਖੁਰਚਣੇ ਲਾਉਣ ਵਾਲੀ ਆਉਂਦੀ ਹੈ। ਹਾਂ ਹਾਂ ਹਾਂ, ਤੇ ਤੁਹਾਡੀ ਅਰਦਾਸ ਸੰਪੂਰਨ ਹੋਵੇ, ਇੰਨੀ ਛੇਤੀ ਨਾ ਆਵੇ, ਪਰ ਜਦੋਂ ਸੋਨੀ ਦੀਦੀ। ਅੱਛਾ ਅੱਛਾ, ਜੀਭ ਕੱਢ ਕੇ ਦਿਖਾਓ। ਦੀਦੀ ਗਾਣਾ ਗਾਉਣਗੇ, ਤੁਸੀਂ ਡਾਂਸੀ ਡਾਂਸੀ ਕਰੋ, ਠੀਕ ਹੈ? ਉੱਧਰ ਦੇਖੋ, ਉੱਧਰ ਦੇਖੋ, ਉੱਧਰ ਦੇਖੋ, ਫਿਰ ਟੀਵੀ ਤੇ ਫੋਟੋ ਆਊਗੀ। ਚਲੋ 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 ਚਲੋ। ਨੀ ਤੂੰ ਮੱਥੇ ਉੱਤੇ ਚੰਨ ਖੁਣਵਾਈ, ਫਿਰ ਦੀ ਨੀ ਬਣ ਜਾਰਨ ਕੁੜੀਏ, ਨੀ ਬਣ ਜਾਰਨ ਕੁੜੀਏ। ਕਹਿੰਦੀ ਹੌਲੀ ਗਾਣਾ, ਕਹਿੰਦੀ ਕਹਿੰਦੀ ਹੌਲੀ ਗਾਣਾ, ਮੈਂ ਪਿਛਲੇ ਸਟੈਪ ਤੇ ਆ ਜੀ। ਹਾਂਜੀ ਹਾਂਜੀ, ਚਲੋ। ਇੱਕ ਕਾਜਲੇ ਦੀ ਤਾਰੀ ਦੂਜੀ ਅੱਖ ਟੂਣੇ ਹਾਰੀ, ਇੱਕ ਕਾਜਲੇ ਦੀ ਤਾਰੀ ਦੂਜੀ ਅੱਖ ਟੂਣੇ ਹਾਰੀ, ਨੀ ਤੂੰ ਹੱਸੇ ਅੱਜ ਬਿਜਲੀ ਛੁਪਾਈ, ਫਿਰ ਦੀ ਨੀ ਬਣ ਜਾਰਨ ਕੁੜੀਏ। ਹੁਣ ਆਪਾਂ ਕਿੱਦਾਂ ਦੇਖੀਏ ਮੇਰੇ ਵੱਡੇ ਦੀਦੀਆਂ ਦਾ, ਕਿੱਦਾਂ ਦੇਖੀਏ? ਇਹ ਤਾਂ ਮੇਰੀ ਉਹ ਭੈਣ ਆ ਦੂਜਾ, ਠੀਕ ਨੀ? ਹੋਰ ਕਦੋਂ ਦਿਖਾਉਂਦੇ ਆ ਜੀ ਇੱਥੋਂ ਦੀਆਂ ਕੁੜੀਆਂ ਦਾ ਕਿੱਦਾਂ ਕਰੇ ਸਾਡੇ ਪਹੁੰਚ ਕੇ ਰੌਣਕੀ ਜੀ ਬੰਦੇ ਜੀ, ਕਰੇ ਸਾਡੇ ਪਹੁੰਚ ਕੇ।
ਤਲਵੰਡੀ ਸਾਬੋ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਸ਼ੋਅ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਬਾਏ ਬਾਏ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮੱਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ।